ਕਦੇ ਕੁਛ ਦੇਖਿਆ ਹੀ ਨਹੀਂ, ਇੱਕਦਮ ਸਾਰਾ ਕੁਛ ਆ ਜਾਂਦਾ ਉਹ ਬੰਦੇ ਦਾ, ਇਹ ਹਿਊਮਨ ਨੇਚਰ ਹੀ ਦਿਮਾਗ ਖਰਾਬ ਹੋ ਜਾਂਦਾ। ਪਰ ਐਂ ਆ ਮੱਛੀ ਆ ਜਿਹੜੀ ਫਿਰ ਪੱਥਰ ਚੱਟ ਕੇ ਹੀ ਮੁੜਦੀ ਹੁੰਦੀ ਆ, ਹਲੇ ਤੱਕ ਚੱਟਿਆ ਨੀ ਉਹਨੇ, ਚੱਟ ਲਿਆ ਫਿਰ ਮੁੜਿਆ। ਪੈਸੇ ਦਾ ਇੰਨਾ ਲਾਲਚ ਕਰਦੇ ਜਦੋਂ ਮਤਲਬ ਬੰਦੇ ਕੋਲ ਆਲਰੇਡੀ ਫੇਮ ਹੈ, ਫੇਮ ਹੈ, ਕਿਸੇ ਨੇ ਕਦੇ ਕੋ ਦੇਖਿਆ ਹੀ ਨਹੀਂ, ਰੁਪਏ ਆਏ ਨੇ ਦਿਮਾਗ ਖਰਾਬ ਹੋ ਜਾਂਦਾ। ਹੁਣ ਉਹਨਾਂ ਦਾ ਕੀ ਸੀਨ ਆ ਕੀ ਨਹੀਂ, ਹੁਣ ਕਿੰਨੇ ਬਣਾਉਂਦੇ ਖਬਰਾਂ, ਨਹੀਂ ਵੀ ਬਣਾਉਂਦੇ। ਇੱਕ ਬਾਈ ਇਹ ਪੰਜਾਬੀ ਇੰਡਸਟਰੀ 'ਚ ਫੂੰ ਫਾਈਆਂ, ਮੈਂ ਬਥੇਰੇ ਕਲਾਕਾਰਾਂ ਦੇਖੇ ਆ, ਗੱਲਾਂ ਐਡੀਆਂ ਐਡੀਆਂ, ਐਂ ਕਰ ਦਾਂਗੇ ਫਲਾਨਾ ਦਵਾਨੀ, ਢੇਲਾ ਨਹੀਂ ਪੱਲੇ ਕੁਛ ਵੀ, ਚਲੋ ਆਪਣੀ ਬਾਬੇ ਦੀ ਕਿਰਪਾ ਆਪਾਂ ਨੂੰ ਬਣਦੇ ਆ ਚਾਰ ਘਰੇ ਮਾਰੀਆਂ ਗੋਲੀਆਂ ਗਲ ਜੀ। ਉਹ ਮਸਲਾ ਬਾਈ ਕੀ ਹੋਇਆ ਸੀ, ਰੌਲਾ ਰੌਲਾ ਸੀ, ਅਗਲੇ ਨੇ ਪੈਸੇ ਮੰਗੇ ਇਹਨਾਂ ਨੇ ਦਿੱਤੇ ਨਹੀਂ, ਇਹ ਚਲ ਗਏ ਕੈਨੇਡਾ ਨੂੰ, ਇਹਨਾਂ ਨੇ ਸੋਚਿਆ ਉਰੇ ਲੋਟ ਆ ਕਹਾਣੀ, ਹੁਣ ਕੀ ਕਰ ਲੈਣਗੇ। ਉਹ ਬਗਾਨੇ ਨੇ ਉੱਥੇ ਵੀ ਭੇਜਤੇ, ਫਿਰ ਇਹਨਾਂ ਨੇ ਇੰਟਰਵਿਊ ਕਰਤੀ ਕਰਨੇ ਨੇ, ਕੀ ਲੈ ਝੂਠ ਮਾਰਦੇ ਫਲਾਨਾ ਢੀਂਗਾ, ਸਾਡੇ ਕੋਈ ਗੋਲੀ ਕਿਵੇਂ ਮਾਰੂ। ਉਹ ਗਾਹਾਂ ਦੀਪ ਜੰਡੂ ਦਾ ਡੈਡੀ ਫਾਦਰ ਸਾਹਿਬ ਦੀਪ ਦੇ, ਉਹਨਾਂ ਨੇ ਇੰਟਰਵਿਊ ਨਹੀਂ, ਹਮਲਾ ਬਾਈ ਜੀ ਇਹਨਾਂ ਦੇ ਘਰੇ ਹੋਇਆ ਸੀ। ਇਹਨਾਂ ਨੇ ਨਵਾਂ ਫਾਰਮ ਫੁਰਮ ਹਾਊਸ ਲਿਆ ਕੋਈ, ਜਿਵੇਂ ਜਿੱਥੇ ਪਹਿਲਾਂ ਰਹਿੰਦੇ ਸੀ ਉੱਥੋਂ ਮੂਵ ਹੋ ਗਏ ਜੀ। ਪਤਾ ਨਹੀਂ ਹੁਣ ਉਹ ਵਜ੍ਹਾ ਕੀ ਹੋਈ ਇਹਨਾਂ ਦੀ ਮੂਵ ਹੋਣ ਦੀ, ਉੱਥੋਂ ਮੂਵ ਹੋ ਗਏ ਸ਼ਹਿਰ ਤੋਂ। ਇਹਨਾਂ ਨੇ ਹੁਣ ਕਿਤੇ ਨਵਾਂ ਬਾਹਰ ਬੂਰ ਕਿਤੇ ਘਰ ਲਿਆ, ਉੱਥੇ ਕਿਸੇ ਨੇ ਇੱਕ ਦਿਨ ਦੋ ਦਿਨ ਇਹਨਾਂ ਦੇ ਫੈਰ ਵੱਜੇ ਘਰੇ, ਇੱਕ ਦਿਨ ਇੱਕ ਨਾਈਟ ਪਹਿਲਾਂ ਵੱਜੇ, ਫਿਰ ਅਗਲੀ ਨਾਈਟ ਇਹਨਾਂ ਦੇ ਫੇਰ ਵੱਜੇ, ਜਿਵੇਂ ਸਾਨੂੰ ਪਤਾ ਲੱਗਿਆ ਬੋਰਿਆਂ ਦਾ ਚੈਨਲ। ਹੁਣ ਆਪਾਂ ਖਬਰਾਂ ਖੁਬਰਾਂ ਤਾਂ ਪੜ੍ਹਦੇ ਹੀ ਆ ਬਈ, ਸਾਰੇ ਦੇਖਦੇ ਆ, ਇੱਥੇ ਜਿਵੇਂ ਇੰਡੀਆ ਅਖਬਾਰ ਪੜ੍ਹਦੇ ਆ, ਉੱਥੇ ਵੀ ਸਾਰੇ ਅਖਬਾਰ ਪੜ੍ਹਦੇ ਨੇ, ਉੱਥੇ ਬਥੇਰਾ ਕੁਛ ਆ। ਨਹੀਂ ਬਾਈ ਫਿਰ ਇਹਨਾਂ ਨੇ ਮਤਲਬ ਉਸ ਚੀਜ਼ ਨੂੰ ਮਤਲਬ ਕਹਿੰਦੇ ਸਾਡੇ ਆਈ ਨਹੀਂ ਹੋ ਸਕਦਾ, ਇਹਦਾ ਮਤਲਬ ਇਹਨਾਂ ਦਾ ਕਹਿਣ ਦਾ ਵੀ ਲੋਕ ਮੂਰਖ ਨੇ, ਬਣਾਇਆ ਤਾਂ ਸੀਗਾ ਉਹਨਾਂ ਨੇ, ਪਰ ਜਨਤਾ ਤੁਹਾਨੂੰ ਪਤਾ ਹੀ ਆ ਮੂਰਖ ਕਿੱਥੇ ਆ ਜੀ। ਬੰਦੇ ਨੂੰ ਉੱਥੇ ਪੈਸੇ ਦੇਣ ਵਾਲਾ ਬੰਦਾ ਕੋਈ ਨਹੀਂ ਸੀ, ਵੀਡੀਓ ਨੂੰ ਮੌਕੇ ਤੇ ਆ ਕੇ ਬੰਦੇ ਮੁੱਕਰ ਗਏ, ਤਾਂ ਨਾਂ ਦਾ ਕੀ ਲੈਣਾ ਉਹਨਾਂ ਬੰਦਾ ਜਾਣ ਮੈਂ ਮੌਕੇ ਤੇ ਆ ਕੇ, ਜਿਵੇਂ ਕੱਲ ਨੂੰ ਵੀਡੀਓ ਸ਼ੂਟ ਆ, ਅੱਜ ਸ਼ਾਮ ਨੂੰ ਕਹਿੰਦੇ ਸਾਡੇ ਕੋਲ ਪੈਸੇ ਨਹੀਂ, ਸ਼ਾਮ ਨੂੰ ਕਿਉਂ, ਅਗਲੇ ਦਿਨ ਅਗਲੇ ਮੌਕੇ ਤੇ, ਮੌਕੇ ਤੇ ਆ ਕੇ ਬੰਦੇ ਮੁੱਕਰ ਗਏ। ਤੇ ਮੈਂ ਫਿਰ ਸੰਦੀਪ ਨੂੰ ਫੋਨ ਕੀਤਾ ਵੀ ਐਂ ਕਰਕੇ ਵੀ ਤੂੰ ਭਾਲਦਾ ਸੀ ਕੋਈ ਬੰਦਾ ਟੈਸਟ ਹੋਵੇ ਵੀ ਐਂ ਕਰਕੇ, ਉਹਦੀ ਵੀਡੀਓ ਕਰਨੀ ਹੈ ਵੀ ਇਹਨੂੰ ਪੈਸੇ ਚਾਹੀਦੇ। ਫਿਰ ਸੰਦੀਪ ਨੇ ਉਸ ਟਾਈਮ, ਅੱਜ ਤੋਂ 2-3 ਸਾਲ ਪਹਿਲਾਂ ਇਹ ਗੱਲਾਂ ਆਏ ਵੀ ਸੰਦੀਪ ਨੇ ਉਸ ਟਾਈਮ ਵੱਧ ਹੋ ਗਏ ਹੋਣੇ, ਉਦੋਂ ਸੰਦੀਪ ਨੇ ਉਦੋਂ ਸਾਨੂੰ ਪੈਸੇ ਭੇਜੇ ਸੀ ਮੌਕੇ ਟਰਾਂਟੋ, ਅਸੀਂ ਵੀ ਕੰਮ ਕਾਰ ਕਰਦੇ ਸੀ ਚੱਲ ਇੰਨਾ ਠੀਕ ਸੀ, ਪਰ ਇਹੋ ਜਿਹੇ ਕੰਮ ਨੂੰ ਪੈਸੇ ਲਾਉਣ ਨੂੰ ਦਿਲ ਨਹੀਂ ਕਰਦਾ ਵੀ ਕੱਲ੍ਹ ਨੂੰ ਕਿਹੜਾ ਇਨਕਮ ਆਉਣੀ ਹੈ ਜੀ। ਅਤੇ ਇਹਨੇ ਫਿਰ ਉਦੋਂ ਸੰਦੀਪ ਨੇ ਉਦੋਂ ਫਿਰ ਲਿੰਕਅਪ ਹੋਈ ਸਾਰੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਹੋਸਟ ਮੋਹਿਤ, ਅਤੇ ਜੋ ਗੱਲ ਨੂੰ ਕਰਦਾ ਬਾਕੀ ਛੁੱਟਦੇ ਛੱਡਦਾ। ਆਹ ਸਾਡੇ ਨਾਲ ਗੈਸਟ ਮੌਜੂਦ ਨੇ ਐਲੀ ਮਾਂਗਟ, ਅਤੇ ਜਿਨ੍ਹਾਂ ਦੀ ਪਹਿਲਾਂ ਦੀ ਇੱਕ ਇੰਟਰਵਿਊ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ, ਅਤੇ ਜਿਸ ਦੇ ਵਿੱਚ ਨਵੀਂ ਨਵੀਂ ਗੱਲਾਂ ਅਤੇ ਗਰਮ ਮੁੱਦੇ ਦੀਆਂ ਅਕਸਰ ਗੱਲਾਂ ਹੋਈਆਂ, ਅਤੇ ਐਲੀ ਮਾਂਗਟ ਆਪਣੀ ਅਲੱਗ ਪਛਾਣ ਤੋਂ ਜਾਣਿਆ ਜਾਂਦਾ, ਅਤੇ ਤੁਹਾਨੂੰ ਸਭ ਨੂੰ ਪਤਾ ਵੀ ਗਰਮ ਮੁੱਦਾ। ਅਤੇ ਐਲੀ ਬਾਈ ਦੇ ਨਾਲ ਇੱਕ ਹੋਰ ਗੈਸਟ ਬੈਠੇ ਨੇ ਸਾਡੇ ਨਾਲ ਮੌਜੂਦ ਨੇ, ਪੌਲ ਜੀ, ਪੌਲ ਵੀਰੇ ਸਤਿ ਸ਼੍ਰੀ ਅਕਾਲ ਜੀ। ਐਲੀ ਵੀਰੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਦੇਸੀ ਤੜਕੇ ਟੀਮ ਨੂੰ। ਪਹਿਲਾਂ ਵੀ ਇੰਟਰਵਿਊ ਤੁਸੀਂ ਦੇਖਿਆ ਜੀ, ਬਾਈ ਹੁਣੀ ਫੇਰ ਅੱਜ ਕਰਨ ਆਇਆ ਪਿੰਡ ਜੀ, ਸੋ ਮੋਸਟ ਵੈਲਕਮ ਆ ਜੀ ਸਾਡੇ। ਕੀ ਬਾਤ ਹੈ, ਤੇ ਪੌਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਪਹਿਲੀ ਵਾਰ ਇੰਟਰਵਿਊ 'ਤੇ ਸਾਡੇ ਟੀਮ 'ਚ ਬੈਠੇ ਹੋ ਸੀ, ਅਤੇ ਐਲੀ ਵੀਰੇ ਆਪਾਂ ਸ਼ੁਰੂਆਤ ਕਰੀਏ ਫਿਰ ਆਪਾਂ ਸਿੱਧੀ ਗਰਮ ਮੁੱਦੇ ਬਾਰੇ, ਕਿਉਂਕਿ ਅਕਸਰ ਪੁਰਾਣੀਆਂ ਗੱਲਾਂ ਹੋ ਜਾਂਦੀਆਂ ਵੀ ਕਰੀਅਰ ਕਿੱਦਾਂ ਹੋਇਆ ਕਿੱਦਾਂ ਨਹੀਂ, ਹੈ ਨਾ, ਕਿਉਂਕਿ ਮੇਨ ਮੁੱਦਾ ਆਪਣਾ ਰਿਹਾ ਜੀ ਐਲੀ ਮਾਂਗਟ ਕੱਬਾ ਚੱਲਿਆ, ਮਤਲਬ ਅੱਜ ਵੀ ਐਲੀ ਮਾਂਗਟ ਕੱਬਾ ਹੀ ਚੱਲਦਾ ਰਿਹਾ, ਹੈ ਨਾ। ਅਤੇ ਐਲੀ ਬਾਈ ਮਤਲਬ ਹੁਣ ਸੋਚਿਆ ਨਹੀਂ ਵੀ ਬਹੁਤ ਹੋ ਗਈਆਂ ਲੜਾਈਆਂ ਚੜ੍ਹਾਈਆਂ ਵੀ ਛੱਡੋ ਹੁਣ ਵੀ ਚਲੋ ਹੱਥ ਮਿਲਾਈਏ ਹੁਣ? ਦੇਖੋ ਜੀ, ਇਹ ਤਾਂ ਜਿਹਨੂੰ ਪਿਆਰ ਕਰੀਦਾ ਜੀ ਉਹਨੂੰ ਦਿਲ ਤੋਂ ਕਰੀਦਾ ਜੀ, ਜਿਹਦੇ ਨਾਲ ਫਿਰ ਪੈਰ ਪੈ ਗਿਆ ਉਹ ਵੀ ਦਿਲ ਤੋਂ ਹੀ ਆ। ਬੰਦਾ ਜਿਹੜਾ ਦਿਲ 'ਚ ਹੁੰਦਾ ਫਿਰ ਜਦੋਂ ਦਿਮਾਗ 'ਚ ਆਉਂਦਾ ਫਿਰ ਉਹ ਹਮੇਸ਼ਾ ਪ੍ਰੋਬਲਮ ਹੀ ਕ੍ਰੀਏਟ ਹੁੰਦੀ ਆ। ਲੜਾਈ ਤਾਂ ਕਾਹਦੀ, ਤੁਹਾਨੂੰ ਪਹਿਲਾਂ ਵੀ ਦੱਸਿਆ ਲੜਾਈਆਂ ਲੜੀਆਂ ਤਾਂ ਗਾਣਿਆਂ ਗੁਣਿਆਂ 'ਚ ਇੱਧਰ ਉੱਧਰ ਹੀ ਆ, ਹੋਰ ਤਾਂ ਕੱਢਣ ਪਾਉਣ ਨੂੰ ਕੁਛ ਨਹੀਂ ਹੈਗਾ ਜੀ। ਪਰ ਕੱਬੇ ਆਏ ਹਾਂ ਜੀ ਅਸੀਂ ਪਹਿਲੇ ਦਿਨ ਤੋਂ ਇਹ ਜਿਹੀ ਰਹੇ ਹਾਂ, ਨਾ ਅਸੀਂ ਗਾਣਿਆਂ ਤੋਂ ਪਹਿਲਾਂ ਬਦਲੇ ਹਾਂ ਨਾ ਗਾਣੇ ਕਰਕੇ ਬਦਲੇ ਹਾਂ ਜੀ, ਜੇ ਜੇ ਪਹਿਲੇ ਦਿਨ ਤੋਂ ਜੀ ਉਹ ਜਿਹੀ ਆ। ਕਿਆ ਬਾਤ ਆ। ਅਤੇ ਪੌਲ ਵੀਰ ਮੈਂ ਥੋਤੋਂ ਪੁੱਛਣਾ ਚਾਹੁੰਦਾ, ਪਹਿਲਾਂ ਤੁਹਾਨੂੰ ਕਰਨ ਔਜਲੇ ਦੇ ਗੀਤ ਦੇ ਵਿੱਚ ਦੇਖਿਆ, ਕਰਨ ਔਜਲੇ ਦੇ ਨਾਲ ਦੇਖਿਆ ਗਿਆ ਨਾ ਕੀਤਾ ਸੀ ਗਾਣੇ ਜੀ, ਅਤੇ ਹੁਣ ਬਾਈ ਕਿੱਦਾਂ ਟੀਮ ਕਿੱਦਾਂ ਚੇਂਜ ਹੋ ਗਈ? ਟੀਮ ਤਾਂ ਬਾਈ ਸ਼ੁਰੂ ਤੋਂ ਇਕੱਠੇ ਹੀ ਸੀਗੇ ਯਾਰ ਅਸੀਂ, ਟੀਮ ਦਾ ਤਾਂ ਕੋਈ ਹੈ ਨਹੀਂ ਸੀ ਚੱਕਰ, ਮੈਂ ਲੀ ਦੀਪ ਬਾਈ ਸਾਰੇ ਇਕੱਠੇ ਹੀ ਸੀਗੇ, ਕਰਨਾ ਵੀ ਇਕੱਠੇ ਸੀ। ਪਰ ਜਦੋਂ ਟੀਮਾਂ ਦੇ ਵਿੱਚ ਬੰਦੇ ਬਾਹਲੇ ਐਕਸਟਰਾ ਆਉਣ ਲੱਗ ਜਾਂਦੇ ਆ ਫਿਰ ਉਹ ਟੀਮਾਂ 'ਚ ਫਰਕ ਪੈ ਜਾਂਦਾ, ਹੁਣ ਇਹੀ ਚੱਕਰ ਹੁਣ ਅਸੀਂ ਤਾਂ ਹੀ ਚੱਲਿਆ। ਗਾਣਾ ਕੀਤਾ ਸੀ ਪਹਿਲਾਂ ਅਲਕੋਹਲ ਕੀਤਾ ਸੀ, 1 ਕੀਤਾ ਉਦੋਂ ਸਾਰੇ ਇਕੱਠੇ ਸੀ ਅਸੀਂ, ਅਲਕੋਹਲ 2 ਕੀਤਾ ਉਦੋਂ ਵੀ ਇਕੱਠੇ ਸੀ। ਉਦੋਂ ਬਾਅਦ ਬਸ ਫਿਰ ਥੋੜ੍ਹੀਆਂ ਬਹੁਤ ਗੱਲਾਂ ਹੁੰਦੀਆਂ ਰਹੀਆਂ, ਮਾੜੀ ਮੋਟੀ ਇੰਡੀਆ ਆਏ ਸੀ ਪਿਛਲੇ ਸਾਲ ਅਸੀਂ ਸਾਰੇ ਜਾਣੇ, ਇੱਥੋਂ ਗੱਲਾਂ ਗੁੱਲਾਂ ਹੁੰਦੀਆਂ ਇੱਧਰ ਉੱਧਰ ਦੀਆਂ, ਮੁੜ ਕੇ ਬਾਹਰ ਦੁਬਾਰਾ ਚਲੇ ਗਏ। ਮੇਰਾ ਇੱਕ ਸ਼ੋਅ ਦਾ ਜਿਹਦਾ ਗੱਲ ਲੰਬੀ ਲੈ ਕੇ ਤਾਂ ਬਾਹਲੀ ਲੰਬੀ ਚਲੀ ਜਾਣੀ, ਮੈਂ ਤੁਹਾਨੂੰ ਸ਼ੋਰਟ ਕੱਟ ਹੀ ਦੱਸ ਦੇਣਾ।
ਹੁਣ ਐਲੀ ਨਾਲ ਸਾਡਾ ਸ਼ੁਰੂ ਤੋਂ ਪਿਆਰ ਆ, ਮੇਰਾ ਸਾਰਾ ਸਾਰਿਆਂ ਦਾ ਹੀ ਪਿਆਰ ਸੀਗਾ। ਅਤੇ ਜਦੋਂ ਮੈਂ ਐਲੀ ਨੂੰ ਮੇਰੇ ਫਰੈਂਡ ਦਾ ਵਿਆਹ ਸੀ ਉੱਥੇ ਮੈਂ ਸੱਦ ਲਿਆ, ਪਹਿਲਾਂ ਕਰਨ ਨੂੰ ਸੱਦਾ ਸੀ, ਮੈਂ ਕਰਨਾ ਕਹਿੰਦਾ ਮੇਰਾ ਸ਼ੋਅ ਦਿਸ ਇਨ ਦੈਟ ਐਕਸਕਿਊਜ਼ ਜੇ ਲਾਈ ਗਿਆ, ਮੈਂ ਉਹਨੂੰ ਸੱਦਿਆ ਸੀ ਮੇਰੇ ਕਹੇ ਦੇ ਪਹਿਲੇ ਕੋਲ ਆ ਗਿਆ ਉੱਥੇ, ਜਿੱਦਾਂ ਸ਼ੋਅ ਸੀ ਸ਼ੋਅ ਕੈਂਸਲ ਕਰਕੇ ਮੇਰੇ ਫਰੈਂਡ ਦੇ ਵਿਆਹ 'ਤੇ ਆਇਆ। ਅਤੇ ਆ ਕੇ ਅਸੀਂ ਉੱਥੇ ਜਦੋਂ ਮਿਲੇ ਕਰੇ, ਇੱਧਰ ਉੱਧਰ ਦੀਆਂ ਫੋਟੋਆਂ ਫੋਟੋਆਂ ਚਲੀਆਂ ਗਈਆਂ ਪਾਤੀਆਂ ਅਸੀਂ, ਅਤੇ ਬਸ ਇਹ ਗੱਲ ਤੋਂ ਗੁੱਸੇ ਹੋ ਗਏ ਵੀ ਐਲੀ ਨੂੰ ਕਿਉਂ ਇਨਵਾਈਟ ਕੀਤਾ। ਹੁਣ ਆਪਣਾ ਤਾਂ ਪਿਆਰ ਤਾਂ ਉਹਨਾਂ ਨਾਲ ਵੀ ਸੀ, ਇਹਨਾਂ ਨਾਲ ਵੀ ਸੀ, ਪਰ ਇੰਨੀ ਗੱਲ 'ਤੇ ਗੁੱਸੇ ਹੋਣ ਦਾ ਕੋਈ ਨਹੀਂ। ਬਾਈ ਤੁਸੀਂ ਨੇ ਫਿਰ ਸੋਚਿਆ ਵੀ ਬਾਈ ਇਹਨਾਂ ਨੂੰ ਕਿਉਂ ਨਾ ਇਕੱਠੇ ਕੀਤਾ ਜਾਵੇ? ਬਾਈ ਬਹੁਤ ਟਰਾਈਆਂ ਕੀਤੀਆਂ ਇਕੱਠੇ ਹੋਣ ਦੀਆਂ, ਅਸੀਂ ਫੋਨਾਂ 'ਤੇ ਕਾਨਫਰੰਸਾਂ ਲਾ ਲਾ ਬਹੁਤ ਟਰਾਈਆਂ ਕੀਤੀਆਂ, ਪਰ ਜਦੋਂ ਬੰਦੇ ਦੇ ਕੋਈ ਨੀਤ ਨਹੀਂ ਹੁੰਦੀ ਇਕੱਠੇ ਹੋਣ ਦੀ। ਨਹੀਂ ਉਹਨਾਂ ਦਾ ਕਰਨ ਔਜਲੇ ਦਾ ਬਾਈ ਦਾ ਕੀ ਜਵਾਬ ਸੀ? ਕਰਨ ਦਾ ਬਾਈ ਇਹ 'ਚ ਕੋਈ ਸੀਨ ਨਹੀਂ ਆ, ਕਰਨ ਦਾ ਆਪਣਾ ਕੋਈ ਚੱਕਰ ਨਹੀਂ। ਮੈਂ ਇਹਦੀ ਗੱਲ ਟੋਕਦਾ ਵਾ, ਕਰਨ ਨੂੰ ਤਾਂ ਅੱਜ ਵੀ ਫੋਨ ਲਾ ਲਈਏ, ਉਹ ਵੀਰੇ ਤੋਂ ਬਿਨਾਂ ਨਹੀਂ ਗੱਲ ਕਰੂਗਾ। ਇਹ ਜਿਵੇਂ ਇਹਨੇ ਦੱਸਿਆ ਵਿੱਚ ਬੰਦੇ ਪੈ ਜਾਂਦੇ ਆ, ਜਿਵੇਂ ਹੁਣ ਪਹਿਲਾਂ ਮੈਂ ਕਲਾਕਾਰ ਸੀਗਾ ਜੀ, ਮੈਂ ਸਬਰ ਸੰਤੋਖ ਰੱਖਿਆ, ਮੈਨੂੰ ਹੋਰ ਬੰਦੇ ਮਿਲੇ, ਪਰ ਆਪਾਂ ਆਪਣੇ ਪੁਰਾਣੇ ਬੰਦਿਆਂ ਨੂੰ ਨਹੀਂ ਭੁੱਲੇ, ਉਹਨਾਂ ਤੋਂ ਵੱਧ ਪੈਸੇ ਵਾਲੇ ਬੰਦੇ ਮਿਲੇ, ਆਪਾਂ ਉਹਨਾਂ ਕੋਲ ਵੀ ਨਹੀਂ ਬੈਠੇ ਜਿਨ੍ਹਾਂ ਨਾਲ ਸ਼ੁਰੂ ਕਰਿਆ ਸੀ ਉਹਨਾਂ ਨਾਲ ਹੀ ਬੈਠੇ ਹਾਂ। ਜਦੋਂ ਇੱਕ ਬੰਦੇ ਦਾ ਨਾਮ ਬਣ ਜਾਂਦਾ ਨਾ, ਉਦੋਂ ਦਿਮਾਗ ਖਰਾਬ ਕਰਨ ਵਾਲੇ ਬਹੁਤ ਜਣੇ ਹੋ ਜਾਂਦੇ ਆ, ਚਾਰ ਪੈਸੇ ਵਾਲੇ ਵੀ ਬਾਈ ਜੁੜਦੇ ਨੇ। ਪੈਸਾ ਤਾਂ ਦੇਖੋ ਜੀ, ਕਿਸੇ ਦੇ ਪੈਸੇ ਦੇ ਕਾਹਦੀ ਹਵਾ ਜੀ, ਕੋਈ ਹਵਾ ਨਹੀਂ। ਬਗਾਨੀਆਂ ਕਾਰਾਂ 'ਚ ਫਿਰ ਕੇ ਫੋਟੋਆਂ ਪਾਉਣਾ ਕੋਈ ਫਰਕ ਨਹੀਂ ਪੈਂਦਾ, ਜੇ ਬਗਾਨੀ 'ਚ ਬੈਠੇ ਵੀ ਹਾਂ ਉਹ ਵੀ ਕਿਸੇ ਯਾਰ ਦੋਸਤ ਦੀ ਆ, ਕਹਿ ਦਿਓ ਭਾਈ ਯਾਰ ਦੋਸਤ ਦੀ ਜੀ, ਸਾਡੀ ਨਹੀਂ ਹੈਗੀ। ਹੁਣ ਆਹ ਮੇਰੇ ਕੋਲ ਦੋ ਗੜੀਆਂ ਥੱਲੇ, ਉਹ ਕਿਹੜਾ ਮੇਰੀਆਂ ਆਪਦੀਆਂ ਆੜੀਆਂ ਦੀਆਂ ਹੀ ਆ, ਪਰ ਹੈਗਾ ਇੰਨਾ ਕੁ ਪਿਆਰ ਤਾਂ ਹੈਗਾ, ਬਗਾਨੇ ਖੜਾ ਕੇ ਐਡੀਆਂ ਮਹਿੰਗੀਆਂ, ਇੱਕ ਹਰਸਿਮਰਨ ਦੀ ਆ, ਇੱਕ ਬਾਲੀਏ ਦੀ ਆ ਮੁੰਡੇ ਦੀ। ਉਹ ਗੱਲਾਂ ਉਹੀ ਆ ਜੀ, ਬੰਦੇ ਨੂੰ ਆਪਣਾ ਦਿਮਾਗ ਕਿਵੇਂ ਵਰਤਣਾ ਕਿਵੇਂ ਨਹੀਂ ਵਰਤਣਾ ਇਹ ਬੰਦੇ 'ਤੇ ਡਿਪੈਂਡ ਹੁੰਦਾ ਜੀ। ਰੌਲਾ ਕਰਨ ਦੇ ਨਾਲ ਵੀ ਨਹੀਂ ਕੋਈ, ਇਹਦਾ ਵੀ ਨਹੀਂ ਕੋਈ ਕਰਨਾ, ਇਹਦੇ ਘਰੇ ਰਹਿੰਦਾ ਰਿਹਾ ਵਾਂ, ਪਹਿਲਾਂ ਵੀ ਕਈ ਵਾਰੀ ਦੱਸਿਆ ਇਹਦੇ, ਹਲੇ ਵੀ ਅੱਜ ਦੀ ਡੇਟ 'ਚ ਵੀ ਇਹਦੀ ਮੰਮੀ ਕੋਲ ਘਰੇ ਮਿਲ ਕੇ ਆਉਂਦਾ, ਉਹ ਇਹੋ ਜਿਹੀ ਕੋਈ ਗੱਲ ਨਹੀਂ ਬਾਈ। ਪੌਲਵਰੇ ਜਿੱਦਾਂ ਹੋਣਾ ਤੁਸੀਂ, ਮੈਨੂੰ ਐਲੀ ਬਾਈ ਨੇ ਕਿਹਾ ਵੀ ਘਰੇ ਵੀ ਮਿਲ ਕੇ ਆਉਂਦਾ, ਹੈ ਨਾ, ਮਤਲਬ ਤੁਹਾਨੂੰ ਗੱਲਾਂ ਪਤਾ ਲੱਗਦੀਆਂ ਹੋਣੀਆਂ ਕਰਨ ਬਾਈ ਦਾ, ਮਤਲਬ ਤੁਹਾਡੇ ਪ੍ਰਤੀ ਹੁਣ ਵੀ ਮਤਲਬ ਸਟੇਟਮੈਂਟ ਬਾਈ? ਆਪਣੇ ਨਾਲ ਉਹਦਾ ਕੋਈ ਹੈ ਨਹੀਂ, ਚੱਕਰ ਹੀ ਨਹੀਂ, ਤੁਹਾਨੂੰ ਪਹਿਲਾਂ ਵੀ ਦੱਸਿਆ, ਆਪਣੇ ਨਾਲ ਉਹਦਾ ਕੋਈ ਨਹੀਂ ਗੱਲਬਾਤ ਹੈਗੀ। ਮੈਂ ਆਪਦੀ ਮੋਮ ਨੂੰ, ਸਿਸਟਰ ਨੂੰ ਉਹਦੀ ਇੰਗੇਜਮੈਂਟ ਹੋਈ ਆ ਪਿੱਛੇ, ਮੈਂ ਛੱਡ ਕੇ ਜਾ ਕੇ ਉੱਥੇ ਮੈਨੂੰ ਮਿਲਿਆ, ਬਾਹਰ ਖੜਾ ਹੱਥ ਚੱਕਿਆ ਮੈਂ ਗਿਆ। ਪਰ ਮੇਰੇ ਆਪਾਂ ਆਪਦੇ ਜਦੋਂ ਨਾਲ ਦੇ ਬੰਦੇ ਉਹਦੇ ਇਹੋ ਜਿਹਾ, ਫਿਰ ਆਪਾਂ ਨੂੰ ਨਹੀਂ ਚੰਗਾ ਲੱਗਦਾ, ਉਹਦੇ ਨਾਲ ਆਪਣਾ ਕੋਈ ਰੌਲਾ ਰੱਪੀ ਹੈ ਨਹੀਂ, ਨਾ ਹੀ ਉਹਦੇ ਨਾਲ ਦੀਪ ਬਾਈ ਬਈ, ਦੀਪ ਬਾਈ ਦਾ ਵੀ ਖਿਆਲ ਆ, ਦੀਪ ਬਾਈ ਨਾਲ ਵੀ ਆਪਣਾ ਕੋਈ ਰੌਲਾ। ਮੇਰਾ ਗਾਣਾ ਆ ਦੀਪ ਬਾਈ ਨਾਲ, ਪਹਿਲਾਂ ਬਠਿੰਡਾ ਟੂ ਮਿਆਮੀ ਅਸੀਂ ਗਾਣਾ ਇਕੱਠਾ ਨਹੀਂ ਕੀਤਾ ਦੀਪ ਬਾਈ ਨਾਲ, ਫਿਰ ਜੇ ਉੱਧਰਲੀ ਟੀਮ 'ਚ ਵੀ ਉਹੋ ਜਿਹੇ ਬੰਦੇ ਆ ਗਏ, ਫਿਰ ਮੈਂ ਕਹਿਣ ਦੀ ਗੱਲ ਮਤਲਬ ਇੱਦਾਂ ਵੀ ਉਹਨਾਂ ਨੂੰ ਮਤਲਬ ਚੱਕ ਰਹੇ ਨੇ, ਮਤਲਬ ਵੀ ਇਹ ਟੀਮ ਦੁਬਾਰਾ ਨਾ ਇਕੱਠੀ ਹੋ ਸਕੇ, ਉਹਨਾਂ ਨੂੰ ਇਹ ਪਤਾ ਵੀ ਜੇ ਉਹ ਟੀਮ ਦੁਬਾਰਾ ਇਕੱਠੀ ਹੋ ਗਈ ਫਿਰ ਉਹਨਾਂ ਦਾ ਕੋਈ ਮੁੱਲ ਨਹੀਂ ਪੈਣਾ ਜੀ। ਜਿਹਨੇ ਤਾਂ ਪਹਿਲਾਂ ਚਾਰ ਰੁਪਏ ਛਿੱਲੜ ਜਿਹਦੇ ਕੋਲ ਹੁੰਦੇ ਆ, ਉਹਦੇ ਕੋਲ ਚਾਰ ਹੋਰ ਆ ਗਏ, ਉਹਨਾਂ ਨੂੰ ਫਰਕ ਨੀ ਪੈਂਦਾ। ਜਿਹਨੇ ਹੁਣ ਕਦੇ ਕੁਛ ਦੇਖਿਆ ਹੀ ਨੀ, ਇੱਕਦਮ ਸਾਰਾ ਕੁਛ ਆ ਜਾਂਦਾ ਉਹ ਬੰਦੇ ਦਾ, ਇਹ ਹਿਊਮਨ ਨੇਚਰ ਹੀ ਦਿਮਾਗ ਖਰਾਬ ਹੋਏ ਜਾਂਦਾ ਜੀ। ਪਰ ਐਂ ਆ ਮੱਛੀ ਆ ਜਿਹੜੀ ਫਿਰ ਪੱਥਰ ਚੱਟ ਕੇ ਹੀ ਮੁੜਦੀ ਹੁੰਦੀ ਆ, ਉਹ ਹਲੇ ਤੱਕ ਚੱਟਿਆ ਨਹੀਂ ਉਹਨੇ, ਚੱਟ ਲਿਆ ਫਿਰ ਮੁੜ ਜਾਊਗਾ। ਅਤੇ ਐਲੀ ਬਾਈ ਤੁਸੀਂ ਹੁਣ ਗੱਲ ਕਹੀ ਵੀ ਤੁਸੀਂ ਪਹਿਲਾਂ ਵੀ ਇੰਟਰਵਿਊ ਦੇ ਵਿੱਚ ਕਿਹਾ ਸੀ ਵੀ ਮੈਂ ਤੁਹਾਨੂੰ ਪੁੱਛਿਆ ਸੀ ਵੀ ਤੁਹਾਡੇ ਟਰੈਕ ਲੇਟੈਸਟ ਕਿਹੜੇ ਆ ਰਹੇ ਨੇ, ਤੁਸੀਂ ਐਲਬਮ ਦਾ ਵੀ ਜ਼ਿਕਰ ਕੀਤਾ ਸੀ, ਉਹਦੇ ਵਿੱਚ ਮਤਲਬ ਤੁਸੀਂ ਕਿਹਾ ਵੀ ਸਿੱਧੂ ਅਤੇ ਕਰਨ ਵਾਲੇ ਵੀ ਆ ਰਹੇ ਨੇ, ਮਤਲਬ ਹਜੇ ਤੱਕ ਉਸ ਚੀਜ਼ ਦੀ ਲੋਕਾਂ ਨੂੰ ਉਡੀਕ ਆ ਵੀ ਉਹ ਗਾਣੇ ਕਦੋਂ ਆਉਣਗੇ? ਮਤਲਬ ਉਦਾਂ ਜੇ ਦੇਖਿਆ ਜਾਵੇ ਬਾਈ ਐਲੀ ਦੀ ਸਿੱਧੂ ਨਾਲ ਵੀ ਹੁਣ ਖੜਕ ਰਹੀ ਹੈ, ਕਿਉਂਕਿ ਸਿੱਧੂ ਨਾਲ ਬਾਈ ਕੋਈ ਰੋਲ ਹੈ ਨਹੀਂ। ਮੇਨ ਮੈਂ ਤੁਹਾਨੂੰ ਕਹਿੰਦਾ ਵੀ ਜਿਹੜਾ ਸੁਲਤਾਨ ਰੈਪਰ ਹੈ ਸ਼ਾਇਦ, ਉਹ ਯਾਰ ਦੇਖੋ ਮੇਰੀ ਗੱਲ ਸੁਣੋ, ਹੁਣ ਇੱਕ ਵੀਡੀਓ ਡਾਇਰੈਕਟਰ ਆ ਰੂਪਨ ਬਲ, ਸਿੱਧਾ ਨਾਮ ਲੈ ਕੇ ਉਹ ਮੇਰੀਆਂ ਵੀ ਵੀਡੀਓ ਕਰਦਾ, ਉਹ ਕਰਨੀਆਂ ਦੀ ਵੀ ਕਰਦਾ, ਉਹਦਾ ਕੰਮ ਆ ਜੀ, ਉਹਦਾ ਕੰਮ ਆ ਜੀ। ਤੁਸੀਂ ਹੁਣ ਮੇਰੇ ਕੋਲ ਵੀ ਬੈਠੇ ਆ, ਤੁਸੀਂ ਸਿੰਘੇ ਕੋਲ ਵੀ ਜਾਓਗੇ, ਇਹਦੇ ਕੋਲ ਬੈਠੇ ਤੁਸੀਂ ਕਰਨੇ ਕੋਲ ਵੀ ਜਾਓਗੇ, ਉਹ ਤੁਹਾਡਾ ਕੰਮ ਆ ਬਿਲਕੁਲ। ਹੁਣ ਸੁਲਤਾਨ ਦਾ ਉਹਨਾਂ ਨਾਲ ਕੀ ਹੈ ਕੀ ਨਹੀਂ ਹੈ, ਕੱਢਣ ਪਾਉਣ ਨੂੰ ਉਹਨਾਂ ਦਾ ਕੀ ਹੋਇਆ ਨਾ, ਮੈਂ ਉਹਨਾਂ ਨੂੰ ਪੁੱਛਿਆ, ਮੇਰੇ ਕੋਲ ਉਹ ਰਿਹਾ ਘੱਟੋ ਘੱਟ 10 ਦਿਨ ਅਸੀਂ ਇਕੱਠੇ ਰਹੇ ਹਾਂ, ਮੈਂ ਪੁੱਛਿਆ ਵੀ ਨਹੀਂ ਉਹਨੂੰ ਕਿ ਤੁਹਾਡਾ ਕੀ ਰੌਲਾ ਬਈ ਕੀ ਨਹੀਂ। ਹੁਣ ਉਹਨਾਂ ਦਾ ਆਪਸ 'ਚ ਕੀ ਰੌਲਾ ਕੀ ਨਹੀਂ ਪਤਾ ਨਹੀਂ, ਹੁਣ ਅਸੀਂ ਤਾਂ ਕੰਮ ਕਰ ਰਹੇ ਹਾਂ ਜੀ, ਪਰ ਅਸੀਂ ਵੀ ਹੁਣ ਕੰਮ ਕਰ ਲਿਆ ਉਹਦੇ ਨਾਲ, ਸਾਨੂੰ ਵਧੀਆ ਲੱਗਿਆ ਉਹਦਾ ਕੰਮ ਜੀ, ਮਿਲਿਆ ਬੰਦਾ ਵਧੀਆ ਦਿਲ ਮਿਲ ਗਏ, ਉਹ ਵੀ ਸੂਟਾਂ ਲਾਉਂਦਾ ਗਾ, ਫਿਰ ਤੁਹਾਨੂੰ ਪਤਾ ਹੀ ਆ ਰਲੇ ਜਾਂਦੀ ਆ, ਦਾਰੂ ਪੀਣ ਵਾਲੇ ਦੀ ਦਾਰੂ ਪੀਣ ਵਾਲੇ ਨਾਲ ਬਣਦੀ ਆ, ਚੱਟੇ ਲਾਉਣ ਵਾਲੇ ਦੀ ਚੱਟੇ ਵਾਲੇ ਨਾਲ ਬਣਦੀ ਆ, ਸੂਟਾਂ ਲਾਉਣ ਵਾਲੇ ਦੀ ਸੂਟਾਂ ਲਾਉਣ ਵਾਲੇ ਨਾਲ ਬਣਦੀ ਆ, ਅਤੇ ਉਹ ਐਂ ਆ ਬਸ ਕੀਤਾ ਉਹਦੇ ਨਾਲ ਗਾਣਾ। ਹੁਣ ਇੱਕ ਸਨਰੂਫ ਅਸੀਂ ਨਿਊਯਾਰਕ ਸ਼ੋਅ ਕਰਿਆ, ਆਹ ਸ਼ੂਟ ਕਰਿਆ ਵਾ, ਐਮਪਾਇਰ ਪ੍ਰੋਡਕਸ਼ਨਸ ਤੋਂ ਆ ਰਿਹਾ, ਜਾਨੂ ਆ ਜੀ ਮੁੰਡਾ, ਨਵੀਂ ਕੰਪਨੀ ਖੋਲੀ ਆ। ਕਿਆ ਬਾਤ ਆ ਐਲੀ ਵੀਰੇ, ਜਿੱਦਾਂ ਮਤਲਬ ਤੁਸੀਂ ਕਿਹਾ ਵੀ ਮਤਲਬ ਉੱਦਾਂ ਕੰਮ ਦੇ ਸਿਲਸਿਲੇ 'ਚ ਮਿਲਦੇ ਆ, ਚਲੋ ਦੋ ਘੜੀ ਮਨੋਰੰਜਨ ਹੋ ਜਾਂਦਾ, ਚਾਹੇ
ਪੈਗ ਸ਼ੈਗ ਲਾ ਕੇ ਹੋ ਜਾਵੇ ਚਾਹੇ ਜਿੱਦਾਂ ਮਰਜ਼ੀ ਹੋ ਜਾਵੇ, ਹੈ ਨਾ, ਉੱਦਾਂ ਤੁਹਾਨੂੰ ਪਤਾ ਮਤਲਬ ਲੱਗਦੀਆਂ ਹੋਣੀਆਂ ਗੱਲਾਂ ਬਾਈ ਸੁਲਤਾਨ ਦਾ ਅਕਸਰ ਰੌਲਾ ਕੀ ਚੱਲਦਾ, ਕਿਉਂਕਿ ਸ਼ਰੇਆਮ ਗਾਣੇ ਕੱਢਣੇ ਵੀ ਵੀ ਉਹ ਪੱਟੀਆਂ ਦਿਖਾ ਕੇ ਮਤਲਬ ਫੇਮ ਨਹੀਂ ਪਾਲਿਆ। ਦੇਖੋ ਜੀ ਮੇਰੀ ਗੱਲ ਸੁਣੋ, ਉਹ ਉਹਦੀ ਥਿੰਕਿੰਗ ਆ, ਹੁਣ ਆਪਾਂ ਕਿਸੇ ਦੀ ਸੋਚ ਤਾਂ ਬਦਲ ਨਹੀਂ ਸਕਦੇ, ਹੈ ਨਾ। ਹੁਣ ਮੈਨੂੰ ਕੋਈ ਕਹਿ ਦੇਵੇ ਕਿ ਉਹਦੇ 'ਤੇ ਗਾਣਾ ਕਰ, ਉਹ ਜੇ ਮੇਰਾ ਦਿਲ ਚਾਹੂਗਾ ਮੈਂ ਤਾਂ ਕਰੂੰਗਾ, ਨਹੀਂ ਇੱਦਾਂ ਕੋਈ ਵੀ ਨਹੀਂ ਕਰਦਾ ਹੁੰਦਾ। ਹੁਣ ਉਹਦਾ ਕੋਈ ਹੋਊਗਾ ਰੌਲਾ, ਖਬਰੇ ਹੁਣ ਕੀ ਆ, ਵਿੱਚੋਂ ਅਸੀਂ ਪਹਿਲਾਂ ਬਥੇਰੇ ਰੌਲਿਆਂ 'ਚ ਪਏ ਹਾਂ ਕਿ ਨਿਬੇੜਦੀ ਉਹਦਾ ਨਿਬੇੜਦੀ ਇਹਦਾ ਨਿਬੇੜਦੀ, ਇਹਨੂੰ ਜੁੱਤੀਆਂ ਹੀ ਮਾਰਦੇ ਅਗਲੇ, ਪਰ ਆਪਾਂ ਕਹੀਦਾ ਭਾਈ ਚਲੋ ਹੁਣ ਜੋ ਤੁਹਾਡਾ ਦਿਲ ਕਰਦਾ ਤੁਸੀਂ ਉੱਦਾਂ। ਬਾਕੀ ਜਦੋਂ ਬਾਈ ਬਿਜ਼ਨਸ ਤੁਸੀਂ ਫਰੈਂਡਸ਼ਿਪ ਬਾਂਟ ਦਿੰਦੇ ਹੋ ਫਿਰ ਜ਼ਿਆਦਾ ਫਰਕ ਪੈ ਜਾਂਦਾ ਹੈ। ਹੁਣ ਬਿਜ਼ਨਸ ਨੂੰ ਐਜ਼ ਏ ਬਿਜ਼ਨਸ ਵਰਤੋ, ਜਿੰਨਾ ਮਰਜ਼ੀ ਕੰਮ ਕਰੋ ਜੋ ਮਰਜ਼ੀ ਕਰੋ, ਜੇ ਤੁਸੀਂ ਫਰੈਂਡਸ਼ਿਪ 'ਚ ਬਿਜ਼ਨਸ ਆਉਣ ਲੱਗ ਗਏ ਤਾਂ ਫਿਰ ਫਰਕ ਪੈਣ ਲੱਗ ਜਾਂਦੇ। ਇਹ ਜਦੋਂ ਅਸੀਂ ਸ਼ੁਰੂ ਕਰਿਆ ਸੀ ਨਾ ਭਾਈ ਗਾਉਣਾ, ਉਦੋਂ ਅਸੀਂ ਇਹ ਸਟੈਂਡ 'ਤੇ ਸੀ ਕਿ ਆਪਾਂ ਕਿਸੇ ਕੋਲ ਨਹੀਂ ਜਾਣਾ ਬਾਈ, ਆਪਾਂ ਆਪ ਹੀ ਕਰਾਂਗੇ, ਪਰ ਅਸੀਂ ਉਹ ਗੱਲਾਂ 'ਤੇ ਆੜ ਰਹੇ ਆੜ ਰਹੇ ਹਜੇ ਤੱਕ। ਅੱਜ ਵੀ ਅੱਜ ਦੀ ਡੇਟ 'ਚ ਵੀ ਗੇਮ ਕਲਰ ਤੋਂ ਮੇਰਾ ਗਾਣਾ ਆਉਂਦਾ, ਮੈਨੂੰ ਬਹੁਤ ਕੰਪਨੀ ਵਾਲੇ ਫੋਨ ਕਰਦੇ, ਸਿਰਫ ਇੱਕ ਆਹ ਇੱਕ ਦੋ ਆਪਣੇ ਫਰੈਂਡ ਹੀ ਆ ਜਿਹਨਾਂ ਨੂੰ ਗਾਣੇ ਦਿੱਤੇ ਆ, ਮੈਂ ਬਾਹਰ ਗਾਣਾ ਨਹੀਂ ਦਿੱਤਾ। ਜੇ ਤੁਸੀਂ ਕਹੋ ਹੁਣ ਮੈਂ ਪੈਸੇ ਮਗਰ ਭੱਜਿਆ ਫਿਰਦਾ ਐਂ ਫਿਰਦਾ, ਪੈਸੇ ਦਾ ਬਾਬਾ ਗਰੀਬ ਬੰਦਾ ਵੀ ਰੋਟੀ ਖਾ ਲੈਂਦਾ ਰਾਤ ਨੂੰ, ਢੱਡੀ ਭਰਨਾ ਹੁੰਦਾ ਪੈਸੇ ਨਾਲ, ਹੋਰ ਕੀ ਕਰਨਾ ਜੀ। ਉਹ ਚਾਹੇ ਕੱਪੜੇ ਲੈ ਲਓ, ਚਾਹੇ ਰੋਟੀ ਖਾ ਲਓ, ਚਾਹੇ ਨਸ਼ਾ ਕਰ ਲਓ, ਭਰਿਆ ਤਾਂ ਢੱਡੀ ਆ ਜੀ, ਗਰੀਬ ਬੰਦਾ ਹੀ ਭਰ ਲੈਂਦੇ ਸਹੀ ਹੈ ਜੀ। ਅਤੇ ਪਾਲ ਵੀਰੇ ਜਿੱਦਾਂ ਮਤਲਬ ਤੁਹਾਡੇ ਨਾਲ ਬਾਈ ਇਹਨਾਂ ਦਾ ਐਲਕੋਹਲ ਗਾਣਾ ਆਇਆ, ਹੈ ਨਾ, ਅਤੇ ਕਰਨ ਔਜਲਾ ਤਾਂ ਚਲੋ ਵਧੀਆ ਸੀ ਤੁਹਾਡਾ, ਵਧੀਆ ਐਜ਼ ਏ ਟੀਮ ਵਰਕ ਕੰਮ ਕਰਦੇ ਸੀ। ਉਸ ਤੋਂ ਬਾਅਦ ਜਿੱਦਾਂ ਹੁਣ ਪਿੱਛੇ ਜੇ ਇੱਕ ਰੌਲਾ ਚੱਲਿਆ ਸੀ ਕਰਨ ਔਜਲੇ ਨੇ ਮਤਲਬ ਬਾਈ ਨਾਲ, ਮਤਲਬ ਇੱਕ ਸਾਲ ਤੋਂ ਉਹਨੂੰ ਕਹਿੰਦਾ ਰਹੀ ਬਾਈ ਤੇਰੇ ਨਾਲ ਗਾਣਾ ਕਰੂੰਗਾ, ਸ਼ਾਇਦ ਪਹਿਲਾਂ ਪੈਸੇ ਵੀ ਉਹ ਤੋਂ ਲੈ ਸੀ ਫਿਰ ਦੁਬਾਰਾ ਪੈਸੇ ਵਾਪਸ ਕੀਤੇ, ਸਟੇਟਮੈਂਟ ਆਈ ਹੈ ਨਾ। ਮੈਂ ਇੰਟਰਵਿਊ ਦੇਖੀ ਸੀ ਯਾਰ ਕਿਸੇ ਮੁੰਡੇ ਦੀ, ਮੈਂ ਦਿਖਾਈ ਸੀ ਕੱਲ੍ਹ ਪਰਸੋਂ ਜੀ, ਮੁੰਡਾ ਹੀ ਮਿਲਿਆ ਥੋੜ੍ਹੇ ਦਿਨ ਪਹਿਲਾਂ ਵਿਆਹ 'ਤੇ, ਮੈਂ ਇੰਟਰਵਿਊ ਬਾਅਦ 'ਚ ਦੇਖੀ ਉਹਦੀ, ਅਤੇ ਉੱਧਰੋਂ ਉਹਨੇ ਦੱਸੀ ਮੈਨੂੰ ਗੱਲਬਾਤ ਵੀ ਐਂ ਕਰਕੇ ਵੀ, ਹੁਣ ਮੈਨੂੰ ਨਹੀਂ ਪਤਾ ਮੈਂ ਤਾਂ ਇਨਵੋਲਵ ਹੈ ਨਹੀਂ ਸੀ ਬੱਚੇ ਚੀਜ਼ 'ਤੇ, ਆਪਣਾ ਫਰੈਂਡ ਆ ਮੁੰਡਾ ਗੁਲਾਬ ਸਿੱਧੂ, ਉਹਦਾ ਫਰੈਂਡ ਸੀ ਮਨੀ ਆਈ ਥਿੰਕ ਮੁੰਡੇ ਦਾ ਨਾਂ ਜੀ, ਅਤੇ ਉਹ ਕਹਿੰਦਾ ਸੀ ਮੈਨੂੰ ਸਾਲ ਇੱਕ ਰੌਲਾ ਨਹੀਂ ਹੈਗਾ ਬਾਈ ਜੀ, ਇਹਨਾਂ ਦੇ ਬਹੁਤ ਰੌਲੇ ਨੇ ਜੀ, ਮਾੜਾ ਖੁੱਲ੍ਹ ਕੇ ਬਾਈ ਐਵੇਂ ਖੁੱਲ੍ਹ ਕੇ ਕੀ ਪਤਾ ਹੀ ਆ ਸਾਰੀ ਦੁਨੀਆਂ ਨੂੰ, ਬਹੁਤ ਰੌਲੇ ਨੇ। ਮੈਂ ਅੱਗੇ ਵੀ ਦੱਸਿਆ ਬਹੁਤ ਮੁੰਡੇ ਮੇਰੇ ਕੋਲ ਆਉਂਦੇ ਆ, ਇਕੱਲੇ ਇਹਨਾਂ ਦੇ ਨਹੀਂ, ਹੋਰ ਵੀ ਬਹੁਤ ਬੰਦੇ ਨੇ ਕਲਾਕਾਰ ਇੰਡਸਟਰੀ ਦੇ ਵਿੱਚ, ਬਹੁਤ ਨੇ ਇੱਦਾਂ ਦੇ, ਇਹ ਇਕੱਲੇ ਘੀਲ ਚੂ ਨਹੀਂ ਹੈਗੇ, ਬਹੁਤ ਨੇ ਜਿਹੜੇ ਇਹੋ ਜਿਹਾ ਕੁਛ ਕਰਦੇ ਨੇ, ਪਰ ਉਹਨਾਂ ਦੀ ਵੀ ਕੋਈ ਵਜ੍ਹਾ ਹੋ ਸਕਦੀ, ਆਪਾਂ ਨੂੰ ਤਾਂ ਹੁਣ ਆਏ ਆ ਗੱਲ ਮਿਲ ਗਈ ਗੱਲ ਕਰਨ ਨੂੰ ਜੀ, ਐਂ ਆਪਣੀ ਗਾਂਹ ਕਰ ਲੈਣੀ ਨਹੀਂ, ਮਤਲਬ ਕਹਿਣ ਦਾ ਭਾਵ ਵੀ ਪੈਸੇ ਇੰਨਾ ਥਾਵਾਂ ਲੱਤ ਫਸਾਵਾਂਗੇ ਤਾਂ ਚੱਕਰ ਤਾਂ ਚੱਲੂਗਾ, ਇਹੀ ਚੱਕਰ ਕਰਕੇ ਮੈਂ ਦੂਰ ਰਹਿੰਦਾ ਇਹ ਚੀਜ਼ਾਂ ਨੂੰ, ਕਿ ਸ਼ਰੇਆਮ ਖੁੱਲ੍ਹੇ ਫਿਰ ਸਕੀਏ, ਕੋਈ ਸਲਾਹ ਕੇ ਐਂ ਨਾ ਕਹਿ ਦੇਵੇ ਕਿ ਉਹ ਤੂੰ ਮੇਰੇ ਰੁਪਈਏ ਖਾਧੇ ਜਾਂ ਤੂੰ ਮੇਰਾ ਐਂ ਕੀਤਾ। ਨਹੀਂ ਐਲੀ ਬਾਈ ਪੈਸੇ ਦਾ ਇੰਨਾ ਲਾਲਚ ਕਰਦੇ ਜਦੋਂ ਮਤਲਬ ਬੰਦੇ ਕੋਲ ਆਲਰੇਡੀ ਫੇਮ ਹੈ, ਕਿਸੇ ਨੇ ਕਦੇ ਕੋ ਦੇਖਿਆ ਹੀ ਨਹੀਂ ਰੁਪਈਏ ਆਏ ਨਾ ਦਿਮਾਗ ਖਰਾਬ ਹੋ ਜਾਂਦਾ। ਹੁਣ ਉਹਨਾਂ ਦਾ ਕੀ ਸੀਨ ਆ ਕੀ ਨਹੀਂ, ਹੁਣ ਕਿੰਨੇ ਬਣਾਉਂਦੇ ਖਬਰਾਂ, ਨਹੀਂ ਵੀ ਬਣਾਉਂਦੇ। ਇੱਕ ਬਾਈ ਇਹ ਪੰਜਾਬੀ ਇੰਡਸਟਰੀ 'ਚ ਫੂੰ ਫਾਈਆਂ, ਮੈਂ ਬਥੇਰੇ ਕਲਾਕਾਰਾਂ ਦੇਖੇ ਆ, ਗੱਲਾਂ ਐਡੀਆਂ ਐਡੀਆਂ, ਐਂ ਕਰ ਦਾਂਗੇ ਫਲਾਨਾ ਦਵਾਨੀ, ਢੇਲਾ ਨਹੀਂ ਪੱਲੇ ਕੁਛ ਵੀ, ਚਲੋ ਆਪਣੀ ਬਾਬੇ ਦੀ ਕਿਰਪਾ ਆਪਾਂ ਨੂੰ ਬਣਦੇ ਆ 4 ਰੁਪਈਏ, ਤਾਂ ਮੈਂ ਬੜੇ ਛੂਹਾਂ ਛੂਹਾਂ 'ਚ ਬੜਾ ਇੰਟਰਸਟ ਵੀ ਨਹੀਂ ਦਿਖਾਉਂਦਾ, ਕਿਉਂਕਿ ਜਾਵਾਂਗੇ ਨਵੇਂ ਬੰਦਿਆਂ ਨੂੰ ਮਿਲਾਂਗੇ, ਨਵਿਆਂ ਨਾਲ ਉਹ 4 ਸਵਾਲ ਪੁੱਛਣਗੇ, ਹੁਣ ਸਾਨੂੰ ਉਹ ਸਵਾਲ ਵਧੀਆ ਲੱਗਣ ਨਾ ਲੱਗਣ, ਤਾਂ ਮੈਂ ਪੈਸੇ ਕਰਕੇ ਨਹੀਂ ਜਾਂਦਾ। ਇਹ ਗੱਲ ਨਹੀਂ ਹੈਗੀ ਮੈਨੂੰ ਪੈਸੇ ਦਿੰਦੇ ਆ ਬੰਦੇ, ਮੈਂ ਹਰੇਕ ਥਾਂ 'ਤੇ ਚੱਲਿਆ, ਆਪਾਂ ਦੇਖ ਕੇ ਸਾਰਾ ਕੁਛ ਕਰਕੇ ਜਾਵੜੀ ਦਾ ਨਹੀਂ, ਮੈਂ ਸ਼ੋਹ ਸ਼ਾਹ ਵੀ ਲਾ ਕੇ ਰਾਜ਼ੀ ਨਹੀਂ ਹੈਗਾ, ਕਿਉਂ ਉਹ ਅਗਲਾ ਪੈਸੇ ਦੇ ਕੇ ਐਂ ਸੋਚਦਾ ਕਲਾਕਾਰ ਖਰੀਦ ਲਿਆ ਸੀ, ਮੁੱਲ ਲੈ ਲਿਆ ਜੀ। ਹੁਣ ਸਾਨੂੰ ਭਾਜੀ ਭੂਜੀ ਆਪਾਂ ਤਾਂ ਕਹਿੰਦੇ ਨਹੀਂ ਬਾਈ ਕਿਸੇ ਨੂੰ, ਸਿੱਧੀ ਜੀ ਗੱਲ ਆ, ਜਿਹਨੂੰ ਭਰਾ ਕਹੀਦਾ ਉਹਨੂੰ ਕਹੀਦਾ, ਨਹੀਂ ਫਿਰ ਜਿਹੜਾ ਮਰਜ਼ੀ ਹੋਵੇ। ਅਮਰੀਕਾ ਸ਼ੋਅ ਹੁੰਦੇ ਸਾਡੇ ਪੁਰਾਣੇ ਪ੍ਰਮੋਟਰ ਯਾਰ ਦੋਸਤ ਆ ਮੁੰਡੇ, ਖੰਨੇ ਤੋਂ ਰਾਜੂ ਹੁਣੀ, ਜਾਨੂ ਆ, ਸੰਘਾ ਵਾ, 4-5 ਭਰਾ ਆਪਣੇ, ਉਹਨਾਂ ਦਾ ਕਰਕੇ ਚੱਲਣਾ। ਦੀਪਕ ਆਈ ਆਸਟ੍ਰੇਲੀਆ, ਆਸਟ੍ਰੇਲੀਆ ਸ਼ੋਅ, ਮੈਂ ਉਦੋਂ ਬਾਅਦ ਸ਼ੋਅ ਨਹੀਂ ਲਾਇਆ ਆਸਟ੍ਰੇਲੀਆ, ਮੈਨੂੰ ਕਦੇ ਫੋਨ ਨਹੀਂ ਆਇਆ ਜੀ, ਬਹੁਤ ਫੋਨ ਆਏ ਕਿ ਆਸਟ੍ਰੇਲੀਆ ਸ਼ੋਅ ਲਾ ਲਓ, ਜਿਨ੍ਹਾਂ ਨਾਲ ਲਾ ਲਏ ਮੈਂ ਇੱਕ ਇੱਕ ਦੋ ਦੋ ਸ਼ੋਅ, ਉਹਨਾਂ ਪਿਆਰ ਪੈ ਗਿਆ ਬੰਦਿਆਂ ਨਾਲ, ਉਹਨਾਂ ਨੇ ਰਿਲੇਸ਼ਨ ਬਿਲਡ ਕਰ ਲਿਆ ਸੀ। ਉਹ ਕਹਿੰਦੇ ਆ ਜਿਵੇਂ ਹੁਣ ਤੁਹਾਡੇ ਸਾਹਮਣੇ ਬਰਾੜ ਦਾ ਫੋਨ ਆਇਆ ਸੀ, ਮੈਂ ਉਹਨੂੰ ਕਿਹਾ ਪੇਮੈਂਟ ਨਹੀਂ ਆਈ ਨਿਊਜ਼ੀਲੈਂਡ ਟੂਰ ਦੀ, ਉਹ ਕਹਿੰਦਾ ਸੀ ਨੁਕਸਾਨ ਵੀ ਤੇਰਾ ਫਾਇਦਾ ਵੀ ਤੇਰਾ, ਉਹ ਆਈ ਆ ਬਸ, ਆਪਾਂ ਕਦੇ ਪੈਸੇ ਪਿੱਛੇ ਮੈਂ ਤਾਂ ਕਦੇ ਭੱਜਿਆ ਨਹੀਂ ਜੀ, ਰੁਪਈਏ ਵੀ ਚਾਹੀਦੇ ਹੁੰਦੇ ਬੰਦਾ, ਜ਼ਰੂਰੀ ਆ ਪੈਸਾ ਵੀ, ਪਰ ਯਾਰ ਸਾਲਾ ਰਾਤ ਨੂੰ ਬੰਦਾ ਸੌਂ ਨਹੀਂ ਸਕਦਾ ਅੱਖਾਂ ਮੀਚ ਕੇ ਸ਼ਾਂਤੀ ਨਾਲ ਕਿ ਮੈਂ ਸਹੀ ਆ ਜਾਂ ਕੁਛ ਵੀ ਆ, ਰਾਤ ਨੂੰ ਨੀਂਦ ਨਹੀਂ ਆਉਂਦੀ ਮੈਨੂੰ ਤਾਂ ਉਹਨਾਂ ਟਾਈਮ 'ਚ, ਇਹ ਜੀ ਕੋਈ ਗੱਲਬਾਤ ਅਸੀਂ ਕਰੀਏ ਜੀ, ਪਰ ਆਪਾਂ ਕਦੇ ਐਂ ਕਰੇ ਹੀ ਹੈ ਨਹੀਂ ਬਾਈ ਕਿਸੇ ਨਾਲ, ਕੋਈ ਵੀ ਇੱਕ ਤੁਸੀਂ ਕਰਦੀ ਰਹਿੰਦੇ ਹੋ ਇੰਟਰਵਿਊ, ਆਪਣੀ ਕਦੇ ਕੰਪਲੇਂਟ ਨਹੀਂ ਆਊਗੀ ਜੀ ਕਿ ਇਹ ਬੰਦੇ ਨੇ ਐਂ ਕਰਤਾ ਜਾਂ ਇਹਨੇ ਮੇਰੇ ਪੈਸੇ ਦੱਬ ਲਏ ਜਾਂ ਮੇਰੇ ਤੋਂ ਵੱਧ ਲੈ ਗਿਆ ਜਾਂ ਖਾ ਗਿਆ, ਇਹੀ ਕੰਪਲੇਂਟ ਆਪਣੀ ਕਦੇ ਆਊਗੀ। ਅਤੇ ਐਲੀ ਬਾਈ ਜਿੱਦਾਂ ਇਹਨਾਂ ਦਾ ਹੁਣ ਪਿੱਛੇ ਜੇ ਸ਼ਾਇਦ ਤੁਸੀਂ ਪਾਲ ਵੀਰੇ
ਕਿਉਂਕਿ ਤੁਹਾਨੂੰ ਵੀਰੇ ਜ਼ਿਆਦਾ ਪਤਾ ਹੋਣਾ ਡਿਟੇਲਿੰਗ, ਤੁਸੀਂ ਆਡੀਅੰਸ ਨੂੰ ਜ਼ਿਆਦਾ ਦੇ ਸਕਦੇ ਹੋ। ਓਏ ਆਡੀਅੰਸ ਕੀ ਬਾਬਾ, ਬੰਦੇ ਤਾਂ ਉਹੀ ਹੁੰਦੇ ਨੇ, ਤੈਨੂੰ ਵੀ ਚਾਰ ਉਹੀ ਜਾਣਦੇ ਆ, ਮੈਨੂੰ ਵੀ ਜਾਣਦੇ ਆ, ਪਹਿਲਾਂ ਵੀ ਇਹ ਗੱਲਾਂ ਦੱਸੀਆਂ। ਇਹਨਾਂ ਦਾ ਕੋਈ ਰੌਲਾ ਰੁਲਾ ਸੀ, ਅਗਲੇ ਨੇ ਪੈਸੇ ਮੰਗੇ, ਇਹਨਾਂ ਨੇ ਦਿੱਤੇ ਨਹੀਂ, ਇਹ ਚੱਲ ਗਏ ਕੈਨੇਡਾ ਨੂੰ। ਇਹਨਾਂ ਨੇ ਸੋਚਿਆ ਉਰੇ ਲੋਟ ਆ ਕਹਾਣੀ, ਹੁਣ ਕੀ ਕਰ ਲੈਣਗੇ। ਉਹ ਬਗਾਨੇ ਨੇ ਉੱਥੇ ਵੀ ਭੇਜਤੇ, ਫਿਰ ਇਹਨਾਂ ਨੇ ਇੰਟਰਵਿਊ ਕਰਤੀ ਕਰਨੇ ਨੇ, ਕਿ ਲੈ ਝੂਠ ਮਾਰਦੇ ਫਲਾਨਾ ਢੀਂਗਾ, ਸਾਡੇ ਕੋਈ ਗੋਲੀ ਕਿਵੇਂ ਮਾਰੂ। ਉਹ ਗਾਹਾਂ ਦੀਪ ਜੰਡੂ ਦਾ ਡੈਡੀ, ਫਾਦਰ ਸਾਹਿਬ ਦੀਪ ਦੇ, ਉਹਨਾਂ ਨੇ ਇੰਟਰਵਿਊ ਕਰੀ ਆ ਏ ਬੀ ਪੀ ਸਾਂਝਾ ਸ਼ਾਇਦ ਉਹ ਚੈਨਲ ਨਾਲ, ਉਹ 'ਚ ਉਹਨਾਂ ਨੇ ਦੱਸਿਆ ਕਿ ਹਾਂ ਗੱਲ ਹੋਈ ਆ। ਉਹ ਗੱਲ ਤਾਂ ਉਹੀ ਆ ਗਈ, ਐਵੇਂ ਘੈਂਟ ਬਣੀ ਜਾਓ ਫੋਨ ਤੇ। ਨਹੀਂ ਹਮਲਾ ਬਾਈ ਜੀ ਇਹਨਾਂ ਦੇ ਘਰੇ ਹੋਏ ਸੀ, ਇਹਨਾਂ ਨੇ ਨਵਾਂ ਫਾਰਮ ਫੁਰਮ ਹਾਊਸ ਲਿਆ ਕੋਈ, ਜਿਵੇਂ ਜਿੱਥੇ ਪਹਿਲਾਂ ਰਹਿੰਦੇ ਸੀ ਉੱਥੋਂ ਮੂਵ ਹੋ ਗਏ ਜੀ। ਪਤਾ ਨਹੀਂ ਹੁਣ ਉਹ ਵਜ੍ਹਾ ਕੀ ਹੋਈ ਇਹਨਾਂ ਦੀ ਮੂਵ ਹੋਣ ਦੀ, ਇਹ ਉੱਥੋਂ ਮੂਵ ਹੋ ਗਏ ਸ਼ਹਿਰ 'ਚੋਂ। ਇਹਨਾਂ ਨੇ ਹੁਣ ਕਿਤੇ ਨਵਾਂ ਬਾਹਰ ਬੂਰ ਕਿਤੇ ਘਰ ਲਿਆ, ਉੱਥੇ ਕਿਸੇ ਨੇ ਇੱਕ ਦਿਨ ਦੋ ਦਿਨ ਇਹਨਾਂ ਦੇ ਫੈਰ ਵੱਜੇ ਘਰੇ, ਇੱਕ ਦਿਨ ਇੱਕ ਨਾਈਟ ਪਹਿਲਾਂ ਵੱਜੇ, ਫਿਰ ਅਗਲੀ ਨਾਈਟ ਇਹਨਾਂ ਦੇ ਫੇਰ ਵੱਜੇ, ਜਿਵੇਂ ਸਾਨੂੰ ਪਤਾ ਲੱਗਿਆ। ਹੁਣ ਆਪਾਂ ਖ਼ਬਰਾਂ ਖੁਬਰਾਂ ਤਾਂ ਪੜ੍ਹਦੇ ਹੀ ਆ ਬਈ, ਸਾਰੇ ਦੇਖਦੇ ਆ ਇੱਥੇ, ਜਿਵੇਂ ਇੰਡੀਆ ਅਖ਼ਬਾਰ ਪੜ੍ਹਦੇ ਆ ਉੱਥੇ ਵੀ ਸਾਰੇ ਅਖ਼ਬਾਰ ਪੜ੍ਹਦੇ ਨੇ, ਉੱਥੇ ਬਥੇਰਾ ਕੁਛ ਆ। ਨਹੀਂ ਬਾਈ ਫਿਰ ਇਹਨਾਂ ਨੇ ਮਤਲਬ ਉਸ ਚੀਜ਼ ਨੂੰ ਮਤਲਬ ਕਹਿੰਦੇ ਸਾਡੇ ਆਈ ਨਹੀਂ ਹੋ ਸਕਦਾ, ਇਹਦਾ ਮਤਲਬ ਇਹਨਾਂ ਦਾ ਕਹਿਣ ਦਾ ਵੀ ਲੋਕ ਮੂਰਖ ਨੇ। ਬਣਾਇਆ ਤਾਂ ਸੀਗਾ ਉਹਨਾਂ ਨੇ, ਪਰ ਜਨਤਾ ਤੁਹਾਨੂੰ ਪਤਾ ਹੀ ਆ ਮੂਰਖ ਕਿੱਥੇ ਆ ਜੀ। ਜੀ ਬਸ ਆਈ ਆਈ, ਹੁਣ ਕੀ ਕਹੀਏ, ਤੁਹਾਨੂੰ ਵੀ ਪਤਾ ਹੀ ਆ ਯਾਰ ਸਾਰਾ ਕੁਛ, ਹੁਣ ਤੁਸੀਂ ਸਵਾਲ ਲਈ ਜਾਂਦੇ ਸਾਡੇ ਤੇ, ਪਤਾ ਤਾਂ ਤੈਨੂੰ ਵੀ ਆ ਸਾਰਾ ਕੁਛ। ਨਹੀਂ ਖਬਰਾਂ ਤਾਂ ਪੜ੍ਹਦੇ ਹੀ ਹੋ ਸਾਰੇ ਕਿਤੇ, ਮੇਰੇ ਕੋਲ ਹੁਣ ਵੀ ਪਈਆਂ ਫੋਨ 'ਚ ਨਿਊਜ਼ਾਂ ਤਾਂ ਬਹੁਤ ਨੇ, ਇੱਕ ਵੀ ਨਹੀਂ, ਬਹੁਤ ਚੈਨਲ ਵਾਲਿਆਂ ਨੇ ਛਾਪੀਆਂ ਕਿ ਇਹਨਾਂ ਦੇ ਹੋਇਆ, ਪਰ ਕਰਨਾ ਪਹਿਲਾਂ ਕਹਿੰਦਾ ਨਹੀਂ ਹੋਇਆ, ਫਿਰ ਲੋਕੀ ਕਨਫਿਊਜ਼ਨ 'ਚ ਹੋ ਗਏ ਕਿਤੇ ਝੂਠ ਬੋਲਦੇ ਆ। ਬਾਅਦ 'ਚੋਂ ਫਿਰ ਖਬਰਾਂ ਆ ਗਈਆਂ ਸਾਹਮਣੇ, ਜਦ ਦੀਪ ਬਾਈ ਦੇ ਡੈਡੀ ਦੀ ਇੰਟਰਵਿਊ ਆਈ ਆ, ਹੁਣ ਸੈਣਾ ਪੈਣਾ ਬੰਦਾ ਥੋੜ੍ਹਾ ਯਾਰ ਝੂਠ ਬੋਲੂ, ਉਹ ਵੀ ਕੈਮਰੇ ਮੂਹਰੇ, ਚਲਾ ਤੇਰੇ ਮੇਰੇ ਯਾਰ ਕਹਿੰਦਾ ਫੁਰਲੀ ਛੱਡ ਦੂ, ਉਹ ਹੁਣ ਸੈਣਾ ਪੈਣਾ ਬੰਦਾ ਥੋੜ੍ਹਾ ਝੂਠ ਬੋਲੂ। ਇਹ ਬਾਈ ਦੇਖਿਆ ਜਾਵੇ ਆਰਟਿਸਟਾਂ 'ਤੇ ਹਮਲਾ, ਇੱਕ ਕੈਨੇਡਾ 'ਚ ਵੀ ਹੁਣ ਆਮ ਗੱਲ ਹੋ ਗਈ, ਇੰਡੀਆ 'ਚ ਤਾਂ ਮੰਨਿਆ ਸੀ। ਹੁਣ ਦੇਖੋ ਜੇ ਕੋਈ ਕੁਛ ਕਹਿੰਦਾ ਤਾਂ ਮੰਨ ਲਓ, ਨਹੀਂ ਤੁਹਾਡੇ ਪੱਲੇ ਧੱਲੇ ਕੁਛ, ਕਿਉਂ ਐਕਟਰ ਬਣਦੇ ਹੋ, ਵਜ੍ਹਾ ਉਹਦੀ ਕੀ ਆ। ਹੁਣ ਤੈਨੂੰ ਪਤਾ ਮੇਰੇ ਪੱਲੇ ਕੁਛ ਨਹੀਂ, ਤੂੰ ਐਵੇਂ ਲਲਕਾਰੇ ਮਾਰੀ ਜਾ, ਬਗਾਨਾ ਜੁੱਤੀਆਂ ਹੀ ਮਾਰੂਗਾ, ਜੇ ਤੇਰੇ ਪੱਲੇ ਹੈਗਾ ਕੁਛ ਤਾਂ ਬਚਾ ਕਰੂਗਾ। ਬਿਲਕੁਲ, ਅਤੇ ਉਹੀ ਗੱਲ ਤਾਂ ਉਹਨਾਂ ਐਲੀ ਵੀਰੇ, ਜਿੱਦਾਂ ਹੁਣ ਪਾਲੋ ਵੀਰੇ ਆਪਾਂ ਗੱਲ ਕਰੀ ਵੀ ਕੈਨੇਡਾ 'ਚ ਮਤਲਬ ਇੱਕ ਤਰ੍ਹਾਂ ਦਾ ਸੇਫ ਮੰਨਿਆ ਗਿਆ ਸੀ ਆਰਟਿਸਟ ਵਾਸਤੇ, ਖਾਸ ਕਰਕੇ ਸੇਫ ਹੈ ਨਾ, ਵੀ ਇੰਡੀਆ 'ਚ ਇੱਦਾਂ ਖਾਸ ਕਰਕੇ ਆਰਟਿਸਟ 'ਤੇ ਹਮਲਾ ਕਰਨਾ ਸੌਖਾ, ਕੈਨੇਡਾ 'ਚ ਮਤਲਬ ਹੁਣ ਆਰਟਿਸਟ 'ਤੇ ਹਮਲੇ ਕਾਫੀ ਕਰਵਾਏ ਜਾ ਰਹੇ ਨੇ। ਪਿੱਛੇ ਹਿਮਾਂਸ਼ੀ ਖੁਰਾਨਾ ਦਾ ਵੀ ਰੌਲਾ ਸੁਣ 'ਚ ਆਇਆ ਵੀ ਹਿਮਾਂਸ਼ੀ ਖੁਰਾਨਾ 'ਤੇ ਹਮਲਾ ਕੀਤਾ ਗਿਆ, ਉਹਦੇ ਬਾਰੇ ਜੀ ਸਾਨੂੰ, ਮੈਨੂੰ ਸੀਰੀਅਸਲੀ ਕੋਈ ਪਤਾ ਨਹੀਂ। ਉਹ ਵੀ ਜਿਵੇਂ ਆਹ ਤਾਂ ਚਲੋ ਖਬਰਾਂ ਖੁਬਰਾਂ 'ਚ ਆ ਗਿਆ, ਉਹਦੇ ਬਾਰੇ ਕੋਈ ਨੌਲੇਜ ਨਹੀਂ। ਹਾਂ ਪਤਾ ਲੱਗਿਆ ਕਿ ਐਂ ਕਿਸੇ ਨੇ ਬੋਤਲ ਬੋਤਲ ਮਾਰੀ, ਪਰ ਉਹਦਾ ਕੋਈ ਐਂ ਬਾਹਲਾ ਉਹ ਨਹੀਂ ਆਇਆ, ਕੁਛ ਪਤਾ ਨਹੀਂ ਲੱਗਿਆ। ਪਰ ਗਲਤ ਗੱਲ ਆ, ਇੱਕ ਜਨਾਨੀ 'ਤੇ ਐਂ ਕਿਸੇ ਨੂੰ ਕਰਨਾ ਬਹੁਤ ਮਾੜੀ ਗੱਲ ਆ ਜੀ। ਪਰ ਜੇ ਤੁਸੀਂ ਪਬਲਿਕ ਨੂੰ ਪ੍ਰਵੋਕ ਕਰੋਗੇ ਸਟੇਜ 'ਤੇ ਚੜ੍ਹ ਕੇ, ਸੋ ਪਬਲਿਕ ਜਵਾਬ ਦੇਣ ਦਾ ਸਿਆਣੀ ਆ ਪਬਲਿਕ ਜੀ। ਅਤੇ ਪੌਲ ਬਾਈ ਜਿੱਦਾਂ ਐਲਕੋਹਲ ਤੁਸੀਂ ਗਾਣਾ ਕੱਢਿਆ ਮੇਰੇ ਨਾਲ, ਹੈ ਨਾ, ਤਾਂ ਉਸ ਟਾਈਮ ਕਰਨ ਬਾਈ ਮਤਲਬ ਜਿੱਦਾਂ ਹੁਣ ਨਵੇਂ ਮੁੰਡੇ ਨਾਲ ਗਾਣਾ ਆ ਰਹੇ ਨੇ, ਉਸ ਟਾਈਮ ਵੀ ਸ਼ੁਰੂ ਕਰਤਾ ਸੀ ਉਹਨਾਂ ਨੇ ਕਰਨਾ, ਉਸ ਟਾਈਮ ਬਾਈ ਦੀ ਕੀ ਬੋਲਣੀ ਸੀ, ਕੀ ਸੋਚਣਾ ਸੀ ਨਵੇਂ ਆਰਟਿਸਟ ਨਾਲ ਗਾਣਾ ਬਾਈ ਜਿਵੇਂ ਕਹਿਣ ਦਾ ਮਤਲਬ, ਉਦੋਂ ਤਾਂ ਇੰਨੇ ਗਾਣੇ ਦੇ ਜਾਣੀ ਆਉਂਦੇ ਸੀ, ਐਜ ਏ ਸਿੰਗਰ ਇੱਕ ਦੋ ਗਾਣੇ ਆਏ ਸੀ ਇਹਦੇ, ਜਿਹੜੇ ਲਿਖੇ ਤਾਂ ਗਾਣੇ ਆਏ ਸੀ ਜ਼ਰੂਰ, ਜੱਸੀ ਗੱਲ ਵਗੈਰਾ ਉਹਨਾਂ ਨੇ ਗਾਏ ਸੀ ਬਾਈ ਉਹਨਾਂ ਨੇ, ਪਰ ਇਹਦੇ ਐਜ ਏ ਸਿੰਗਰ ਗਾਣਾ ਨਹੀਂ, ਦੋ ਚਾਰ ਗਾਣੇ ਆਏ ਸੀਗੇ। ਅਤੇ ਉਸ ਵਾਸਤੇ ਬੋਲਣੀ ਤਾਂ ਬਾਈ ਪਤਾ ਨਹੀਂ ਹੁੰਦਾ ਵੀ ਕੱਲ੍ਹ ਨੂੰ ਮੇਰੇ ਚੜ੍ਹਾਈ ਹੋਣੀ ਜਾਂ ਮੈਂ ਡਾਊਨ ਜਾਣਾ, ਇਹ ਤਾਂ ਉਦੋਂ ਤੱਕ ਜਾਣੀ ਚਾਰ ਬੰਦੇ ਟਾਊਨ ਦੇ ਆ ਜਾਣਦੇ ਹੁੰਦੇ ਬੰਦੇ ਨੂੰ, ਉਵੇਂ ਇਹਦਾ ਸੀਗਾ ਵੀ ਆਪਣੇ ਰਹਿਣਾ ਉੱਠਣਾ, ਅਸੀਂ ਵੀ ਬਾਈ ਐਂ ਖਾਧੀ ਪੀਤੀ ਜਾਏ ਗਾਣਾ ਕਰੇ, ਹਰਜਨ ਆਗਰਾ ਮੁੰਡਾ ਇੱਥੇ ਸਰੀ ਰਹਿੰਦਾ, ਹੁਣ ਗਾਣੇ ਵਧੀਆ ਆਏ ਬਾਈ ਦੇ, ਗਾਣਾ ਕਰਿਆ ਸਾਨੂੰ ਹੁਣੇ ਪਤਾ ਅੱਧੇ ਪੌਣੇ ਘੰਟੇ ਕਰਤਾ, ਉਹ ਜਦੋਂ ਵੀਡੀਓ ਕਰਕੇ ਰਿਲੀਜ਼ ਕੀਤਾ ਗਾਣਾ ਐਡਾ ਵੱਡਾ ਹਿੱਟ ਹੋ ਗਿਆ ਜੀ। ਅਤੇ ਫੀਚਰ ਇਹਨੇ ਰੈਪ ਉਹ ਗਾਣੇ 'ਚ ਪਹਿਲੀ ਵਾਰ ਕੀਤਾ ਹੀ ਕਰਨਾ, ਉਦੋਂ ਪਹਿਲਾਂ ਰੈਪ ਨਹੀਂ ਕੀਤਾ ਕਿਸੇ ਗਾਣੇ 'ਚ। ਅਤੇ ਕੰਪਨੀ ਵੀ ਮੇਰੇ ਜਿਹੜੀ ਇਹਨਾਂ ਦੀ ਹੁਣ ਕੰਪਨੀ 'ਚ ਗਾਣੇ ਆਉਂਦੇ ਇਹਨਾਂ ਦੇ ਰਿਹਾਨ ਪ੍ਰੋਡਕਸ਼ਨ, ਉਹ ਜਾਣੀ ਕਿ ਸ਼ੁਰੂ ਮੇਰੇ ਗਾਣੇ 'ਤੇ ਹੋਈ ਸੀ, ਪਹਿਲਾਂ ਮੇਰੇ ਉੱਥੇ ਗਾਣਾ ਆਇਆ ਸੀ ਬਠਿੰਡਾ ਟੂ ਮਿਆਮੀ, ਉਦੋਂ ਬਾਅਦ ਕਰਨੇ ਦਾ ਆਇਆ ਸੀ। ਇਹਨੂੰ ਕਰਨੇ ਨੂੰ ਮਿਲਾਉਣ ਵਾਲਾ ਜਾਣੀ ਸੰਦੀਪਣਾ ਨੂੰ, ਜਿਹੜੇ ਸੰਦੀਪਾਂ ਦੀ ਕੰਪਨੀ ਉਹਨਾਂ ਦਾ ਬੰਦੇ ਜੀ, ਉਹਨਾਂ ਨੂੰ ਮੈਂ ਹੀ ਹਾਂ। ਕਰਨੇ ਦੀ ਵੀਡੀਓ ਸੀ ਉੱਥੇ ਟੋਰਾਂਟੋ ਬਣਦੀ ਗਾਣੇ ਦੀ, ਬਲੈਕ ਮਨੀ ਗਾਣਾ, ਅਤੇ ਇਹ ਬੰਦੇ ਨੂੰ ਉੱਥੇ ਪੈਸੇ ਦੇਣ ਵਾਲਾ ਬੰਦਾ ਕੋਈ ਨਹੀਂ ਸੀ, ਵੀਡੀਓ ਨੂੰ ਮੌਕੇ 'ਤੇ ਆ ਕੇ ਬੰਦੇ ਮੁੱਕਰ ਗਏ, ਤਾਂ ਨਾਂ ਦਾ ਕੀ ਲੈਣਾ ਉਹਨਾਂ ਬੰਦਾ ਦੇ ਹੁਣ ਮੈਂ ਮੌਕੇ 'ਤੇ ਆ ਕੇ, ਜਿਵੇਂ ਕੱਲ੍ਹ ਨੂੰ ਵੀਡੀਓ ਸ਼ੂਟ ਆ, ਅੱਜ ਸ਼ਾਮ ਨੂੰ ਕਹਿੰਦੇ ਸਾਡੇ ਕੋਲ ਸ਼ਾਮ ਨੂੰ ਕਿਉਂ, ਅਗਲੇ ਦਿਨ ਅਗਲੇ ਮੌਕੇ 'ਤੇ ਮੌਕੇ 'ਤੇ ਆ ਕੇ ਬੰਦੇ ਮੁੱਕਰ ਗਏ। ਅਤੇ ਮੈਂ ਫਿਰ ਸੰਦੀਪ ਨੂੰ ਫੋਨ ਕੀਤਾ ਵੀ ਐਂ ਕਰਕੇ ਵੀ ਤੂੰ ਭਾਲਦਾ ਸੀ ਕੋਈ ਬੰਦਾ ਆਰਟਿਸਟ ਹੋਵੇ, ਵੀ ਐਂ ਕਰਕੇ ਉਹਦੀ ਵੀਡੀਓ ਕਰਨੀ ਹੈ, ਵੀ ਇਹਨੂੰ ਪੈਸੇ ਚਾਹੀਦੇ। ਫਿਰ ਸੰਦੀਪ ਨੇ ਉਸ ਟਾਈਮ, ਅੱਜ ਤੋਂ 2-3 ਸਾਲ ਪਹਿਲਾਂ ਇਹ ਗੱਲਾਂ ਆਏ, ਵੀ ਸੰਦੀਪ ਨੇ ਉਸ ਟਾਈਮ ਵੱਧ ਹੋ ਗਏ ਹੋਣੇ, ਉਦੋਂ ਸੰਦੀਪ ਨੇ ਉਦੋਂ ਸਾਨੂੰ ਪੈਸੇ ਭੇਜੇ ਸੀ ਮੌਕੇ ਟੋਰਾਂਟੋ, ਅਸੀਂ ਵੀ ਕੰਮ ਕਰ
ਤੇ ਇਹਨੇ ਫਿਰ ਉਦੋਂ ਸੰਦੀਪ ਨੇ ਉਦੋਂ ਫਿਰ ਲਿੰਕਅਪ ਹੋਈ ਸਾਰੀ ਟੀਮ ਇੱਧਰੋਂ ਮੇਨ ਟੋਰਾਂਟੋ ਦੀ ਟੀਮ ਤਾਂ ਪਹਿਲਾਂ ਬਾਈ ਹੋਣੀ ਸੀਗੀ ਉੱਥੇ ਅਮਨ ਤੇਜ ਹੁੰਦਲ ਹੋਇਆ ਦੀਪ ਬਾਈ ਹੋਇਆ ਐਲੀ ਬਾਈ ਸੀ ਇਹਨਾਂ ਦੀ ਟੀਮ ਟੋਰਾਂਟੋ ਸੀ ਸਾਰੀ ਸਾਡੀ ਟੀਮ ਏਰੀਏ 'ਚ ਗਰੋ ਅਪ ਹੋ ਗਈ ਸੀ ਜੀ ਫਿਰ ਉਦੋਂ ਕੰਮ 'ਚ ਵਧੀਆ ਚੱਲ ਪਿਆ ਸੀ ਵੈਰੀ ਗੁੱਡ ਵੀਰੇ ਅਤੇ ਐਲੀ ਵੀਰੇ ਹੁਣ ਨਵੇਂ ਪ੍ਰੋਜੈਕਟ ਕਿਹੜੇ ਲੈ ਕੇ ਆ ਰਹੇ ਨੇ ਹੁਣ ਚਲੋ ਸਿੰਘੇ ਨਾਲ ਵੀ ਸਲਾਹ ਹੋ ਗਈ ਤੁਸੀਂ ਪਿੱਛੇ ਅਸੀਂ ਕਿਹਾ ਸੀ ਵੀ ਬਾਈ ਐਲਬਮ ਦੇ ਵਿੱਚ ਵੀ ਸਿੰਘੇ ਨੂੰ ਦੋ ਤਿੰਨ ਜਵਾਬ ਆਉਣਗੇ ਚਲੋ ਉਸ ਤੋਂ ਬਾਅਦ ਹੁਣ ਬਾਈ ਗੀਤਾਂ ਦੇ ਵਿੱਚ ਕਿਹਦੇ ਨਾਲ ਹੁਣ ਮੁਕਾਬਲਾ ਹੋਊਗਾ ਦੇਖੋ ਜੀ ਮੁਕਾਬਲਾ ਸਾਡਾ ਕਿਸੇ ਨਾਲ ਵੀ ਨਹੀਂ ਜੇ ਕਿਸੇ ਦਾ ਸਾਡੇ ਨਾਲ ਹੈਗਾ ਤਾਂ ਪਿੰਡ ਬੈਠੇ ਹਾਂ ਉੱਥੇ ਬਾਹਰ ਵੀ ਰਹੀਦਾ ਮੈਂ ਕਦੇ ਬੋਡੀ ਗਾਰਡ ਨਹੀਂ ਰੱਖੇ ਨਾ ਹਾਂ ਕਈ ਵਾਰੀ ਯਾਰ ਮਿੱਤਰ ਦਾ ਕੋਈ ਡੈਡੀ ਐਸ ਐਸ ਪੀ ਆ ਕਿਸੇ ਦਾ ਡੀ ਐਸ ਪੀ ਆ ਉਹ ਕਈ ਵਾਰੀ ਕਹਿ ਦਿੰਦੇ ਆ ਕਿ ਤੂੰ ਰੱਖ ਪੁਲਿਸ ਨਾਲ ਦੇ ਗੇੜੇ ਐਂ ਕਰ ਫਲਾਨਾ ਕਰ ਆਪਾਂ ਕਿਸੇ ਸਾਨੂੰ ਲੋੜ ਨਹੀਂ ਹੈ ਠੀਕ ਹੈ ਸਾਨੂੰ ਸੱਚੀ ਲੋੜ ਨਹੀਂ ਹੈ ਆਪਣੇ ਕੋਲ ਘਰ ਯਾਰ ਦੋਸਤ ਹੈਗਾ ਯਾਰ ਦੋਸਤ ਹੈਗਾ ਆਪਣੇ ਨਾਲ ਆ ਪਤਾ ਮੁਕਾਬਲਾ ਤਾਂ ਐਂ ਆ ਗਾਣੇ ਪਿਛਲੀ ਟੇਪ 'ਚ ਸਾਰੀ ਜੀ ਮੈਂ ਕਹਿੰਦਾ 10 ਗਾਣੇ ਦਿੱਤੇ ਮੈਂ 10 ਸੀਗੇ 10 ਸੀ ਉਹ 10ਾਂ 'ਚ 9 'ਚ ਰੋਲਸ ਰੋਇਸ ਸਾਰੇ ਅੱਡ ਅੱਡ ਸ਼ਹਿਰ ਦੇ ਨਾਲੇ ਹਰੇਕ ਗਾਣੇ ਦੀ ਵੀਡੀਓ ਦਿੱਤੀ ਆ ਅੱਡ ਅੱਡ ਸ਼ਹਿਰ ਦੁਨੀਆ ਦੇ ਅੱਡ ਅੱਡ ਕਾਰਾਂ ਅਖੀਰਲੇ 'ਚ ਅਸੀਂ ਪੱਕਾ ਦਿਖਾਤਾ ਰੋਲਸ ਰੋਇਸ ਦਾ ਮੈਂ ਕਹਿੰਦਾ ਸ਼ਾਇਦ ਹੀ ਤੁਸੀਂ ਅਗਲੇ 2-4-5 ਸਾਲਾਂ 'ਚ ਦੇਖੋਗੇ ਕੋਈ ਕਲਾਕਾਰ ਲੈ ਲੂਗਾ ਨਹੀਂ ਆਪਣਾ ਨਹੀਂ ਲੱਭਣਾ ਮੁਕਾਬਲਾ ਹੈ ਨਹੀਂ ਜੀ ਮੁਕਾਬਲਾ ਕੋਈ ਨਹੀਂ ਹੁਣ ਟੇਪ ਕਰੀ ਆ ਨਵੀਂ ਜੰਗ ਢੰਡੋ ਦੇ ਗਾਣੇ ਲਿਖੇ ਆ ਜੀ ਅਤੇ ਨਿਖਲ ਦਾ ਮਿਊਜ਼ਿਕ ਆ ਗੇਮ ਚੇਂਜਰ ਦਾ ਅਤੇ 10 ਗਾਣੇ ਕਰੇ ਆ ਰੈਡੀ ਕਿਆ ਬਾਤ ਦੇਖਦੇ ਹਾਂ ਹੁਣ ਕਦੋਂ ਛੱਡਣਾ ਹੈ ਇੱਕ ਸਨ ਰੂਫ ਆ ਰਿਹਾ ਜੀ ਉਹ ਐਮਪਾਇਰ ਪ੍ਰੋਡਕਸ਼ਨ ਤੋਂ ਆ ਰਿਹਾ ਮੁੰਡਾ ਜਾਨੂ ਆ ਜੀ ਆਪਣਾ ਸੁਲਤਾਨ ਦੀ ਫੀਚਰਿੰਗ ਆ ਅਤੇ ਬੈਂਸ ਆਪਣੇ ਕੈਲੀਫੋਰਨੀਆ ਜੀ ਉਹ ਵੀਡੀਓ 'ਚ ਲਿਆ ਨਹੀਂ ਹੁਣ ਦੁਬਾਰਾ ਫਿਰ ਮਤਲਬ ਤੁਸੀਂ ਮਤਲਬ ਹਾਈਲਾਈਟ ਕਰਾਂਗੇ ਐਕਚੁਅਲ ਤਾਂ ਨਾ ਅਸੀਂ ਕੁੜੀਆਂ ਕਈ ਲੱਭੀਆਂ ਉਹ ਗਾਣੇ ਦੇ ਅਸੀਂ ਬੈਠੇ ਰਹੇ ਜਾਂ ਸਾਨੂੰ ਨਾ ਇਹ ਲੱਭੀ ਕੋਈ ਫਮਾ ਯਾਰ ਉਹਨੂੰ ਹੀ ਸੱਦ ਲੈਂਦੇ ਹਾਂ ਕਿ ਨਾਲੇ ਉਹਦੇ ਨਾਲ ਬਣਦੀ ਵਧੀਆ ਜਿਵੇਂ ਆਪਣਾ ਮੇਰਾ ਉਹਦੇ ਨਾਲ ਵਧੀਆ ਜਾਣੀ ਮੇਰਾ ਐਵੇਂ ਤੁਹਾਨੂੰ ਝੂਠ ਮਾਰਾਂ ਆਪਣੀ ਰਿਸਪੈਕਟ ਕਰਦੀ ਆ ਕੁੜੀ ਉਹ ਕਾਹਦੇ ਲਈ ਕਰਦੀ ਆ ਉਹ ਰੱਬ ਜਾਣਦਾ ਪਰ ਉਹ ਮੈਨੂੰ ਜਿਵੇਂ ਉਹ ਮੇਰੇ ਫਰੈਂਡ ਸਰਕਲ 'ਚ ਗੱਲ ਕਰਦੀ ਆ ਜਾਂ ਜਿਵੇਂ ਉਹ ਬੋਲਦੀ ਆ ਤੁਹਾਨੂੰ ਪਤਾ ਹੀ ਆ ਉਹ ਮੇਰੇ ਨਾਲ ਜਮਾ ਓਪੋਜ਼ਿਟ ਆ ਮੈਨੂੰ ਵਧੀਆ ਰਿਸਪੈਕਟ ਕਰਦੀ ਮੈਂ ਵੀ ਰਿਸਪੈਕਟ ਕਰਦਾ ਫਿਰ ਅਸੀਂ ਕਿਹਾ ਚਲੋ ਉਹਨੂੰ ਸੱਦ ਲੈਂਦੇ ਹਾਂ ਨਾਲੇ ਇੱਕ ਗਾਣਾ ਪਹਿਲਾਂ ਉਹਦੇ ਨਾਲ ਆ ਗਿਆ ਸੀ ਅਫੀਮ ਉਹਨੂੰ ਇੱਕ ਟੁੱਕ ਵੀ ਕਰਨਾ ਉਹਦਾ ਵਧੀਆ ਮੈਂ ਕਿਹਾ ਚਲੋ ਫਿਰ ਉਹਦਾ ਸ਼ੌਂਕ ਵੀ ਸੀ ਇਹਨੂੰ ਮਾਰਨ ਦਾ ਫਿਰ ਉਹਨੇ ਕਰੇ ਗਾਣੇ ਹੁਣ ਕਈ ਪਰ ਉਹ ਹਲੇ ਮਾਰਕੀਟ 'ਚ ਆਏ ਨਹੀਂ ਹੌਲੀ ਹੌਲੀ ਆ ਜਾਣਗੇ ਜੀ ਫਿਰ ਅਸੀਂ ਇੱਕ ਆਹ ਕਰਿਆ ਹੁਣ ਉਹੀ ਆ ਰਿਹਾ ਇੱਕ ਟੇਪ ਕਰੀਏ ਜੀ ਬਾਕੀ ਆ ਫਿਰ ਆਸਟ੍ਰੇਲੀਆ ਦੇ ਟੂਰ ਤੇ ਬਣਾਵਾਂਗੇ ਇੱਕ ਪਹਿਲਾਂ ਦੋ ਤਿੰਨ ਗਾਣੇ ਇਕੱਠੇ ਆ ਦੇ ਆ ਰਹੇ ਆ ਇੱਕ ਉਹ ਮੁੰਡੇ ਮਾਹੀ ਹੁਣੀ ਨਾ ਜੀ ਬੀ ਟੂਗੈਦਰ ਵਾਲੇ ਜੀ ਉਹਨਾਂ ਨਾਲ ਕਰ ਰਹੇ ਆ ਦੋ ਤਿੰਨ ਪ੍ਰੋਜੈਕਟ ਹੁਣ ਵੀਡੀਓ ਕਰਨੇ ਆ ਤੇ ਬਸ ਆਹੀ ਆ ਜੀ ਕੰਮ ਕਾਰ 'ਚ ਲੱਗੇ ਹੋਏ ਆ ਵੈਰੀ ਗੁੱਡ ਵੀਰੇ ਐਤਕੀ ਸਲਾਹ ਰਿਕਾਰਡ ਬਣਾਉਣ ਦੀ ਕਿ ਸਾਲ ਜਿੰਨੇ ਗਾਣੇ ਕਿਸੇ ਕਲਾਕਾਰ ਨੇ ਦਿੱਤੇ ਨਹੀਂ ਹੋਣੇ ਕਿਆ ਬਾਤ ਹੈ ਐਤਕੀ ਪੂਰੀ ਤਿਆਰੀ ਆ 10 ਦੇ 10 ਹੋਰ ਰੈਡੀ ਆ 20-22 ਗਾਣੇ ਦੇ ਵੈਰੀ ਗੁੱਡ ਵੀਰੇ ਅਤੇ ਇਸ ਚੀਜ਼ ਦੀ ਹੁਣ ਲੋਕਾਂ ਨੂੰ ਬਹੁਤ ਸਬਰੀ ਨਾਲ ਉਡੀਕ ਰਹੇਗੀ ਪਹਿਲੀ ਵੀਰੇ ਇੰਟਰਵਿਊ ਦੀ ਸਮਾਪਤੀ ਕਰਨ ਤੋਂ ਪਹਿਲਾਂ ਦੋ ਕਲੈਨਾਂ ਬੋਲ ਬਾਈ ਥੋਤੋਂ ਵੀ ਸੁਣਨੇ ਚਾਹੋਗੇ ਅਤੇ ਐਲੀ ਬਾਈ ਤੋਂ ਵੀ ਆਉਣ ਦੋ ਵੀਰੇ ਇੱਕ ਜਿਹੜਾ ਵਿਹੜਾ ਤੁਹਾਡੇ ਮਤਲਬ ਬਹੁਤ ਦਿਲ ਦੇ ਕਰੀਬ ਹੈਗੇ ਹੋ ਗਾਂਜਾ ਪੀਣ ਵਾਲੇ ਮੇਰੇ ਯਾਰ ਬੱਲੀਏ ਹੈ ਨੀ ਕੋ ਫਿਲਮੀ ਸਟਾਰ ਬੱਲੀਏ ਓਲਡ ਸਟਾਈਲ ਕਰ ਮੱਥੇ ਵਿੱਚ ਗੋਲੀ ਦਿੰਦੇ ਮਾਰ ਬੱਲੀਏ ਗਾਂਜਾ ਪੀਣ ਵਾਲੇ ਮੇਰੇ ਯਾਰ ਬੱਲੀਏ ਹੈ ਨੀ ਕੋ ਫਿਲਮੀ ਸਟਾਰ ਬੱਲੀਏ ਬੀਤ ਬਾਈ ਦਾ ਲਿਖਿਆ ਗਾਣਾ ਬਾਈ ਨੇ ਲੈਣਾ ਸੁਣਾਈਆਂ ਜੀ ਦੂਕ ਕਹਿੰਦੇ ਐਲੀ ਮੈਂ ਕਿਹਾ ਵੀਰੇ ਥੋਤੋਂ ਗਾਣਾ ਲੈਣਾ ਕਹਿੰਦਾ ਆਹ ਸੁਣ ਫਿਰ ਮੈਂ ਤਾਂ ਸੁਣਾਇਆ ਮੈਂ ਦੇ ਵੀਰੇ ਗਾਣਾ ਬੜਾ ਸੁਣੀ ਦਾ ਮੈਂ ਆਪ ਬਹੁਤ ਸੁਣਦਾ ਗਾਣਾ ਇਹ ਬਾਈ ਤੋਂ ਚੇਂਜ ਕਰਾਇਆ ਫਿਰ ਗਾਣਾ ਬਾਈ ਨੇ ਤਾਂ ਇਧਰਲੇ ਹਿਸਾਬ ਨਾਲ ਲਿਖਿਆ ਸੀ ਤੇ ਥੋੜਾ ਜਿਹਾ ਉਹਨੂੰ ਦੱਸਿਆ ਵੈਸਟਰਨ ਹਿਸਾਬ ਨਾਲ ਵੈਸਟਰਨ ਵੀ ਥੋੜਾ ਜਿਹਾ ਲਿਖੋ ਕੁਛ ਇਹਨੂੰ ਫਿਰ ਚੇਂਜ ਕਰਕੇ ਵਧੀਆ ਲਿਖਿਆ ਬਾਈ ਕਿਆ ਬਾਤ ਆ ਅਤੇ ਬਹੁਤ ਵਧੀਆ ਲੱਗਿਆ ਐਲੀ ਵੀਰੇ ਅਤੇ ਪੌਲ ਵੀਰੇ ਤੁਹਾਡੇ ਨਾਲ ਗੱਲਬਾਤ ਕਰਕੇ ਅਤੇ ਉਮੀਦ ਆ ਕਿ ਐਲੀ ਵੀਰੇ ਤੁਹਾਡੀ ਜਿਹੜੀ ਹੁਣ ਨਵੀਂ ਐਲਬਮ ਆ ਰਹੀ ਉਹ ਵੀ ਸੁਪਰ ਹਿੱਟ ਹੋਵੇ ਮਾਰਕੀਟ ਦੇ ਵਿੱਚ ਅਤੇ ਇਸੇ ਤਰ੍ਹਾਂ ਹੀ ਤੁਹਾਨੂੰ ਪਰਮਾਤਮਾ ਚੜ੍ਹਦੀ ਗਲਾ 'ਚ ਰੱਖੇ ਅਤੇ ਆਸਟ੍ਰੇਲੀਆ ਟੂਰ ਚੱਲ ਪੈਣਾ ਅਗਲੇ ਮਹੀਨੇ ਤੋਂ ਉਹ ਦੇਸੀ ਜੱਟ ਨੇ ਦੇਸੀ ਅਸਲਾ ਯੂਪੀ ਤੋਂ ਮੰਗਵਾ ਰੱਖਿਆ ਨੀ ਰੱਬ ਖੈਰ ਕਰੇ ਹੁਣ ਲੜੂਗਾ ਵਿੱਚ ਮੈਦਾਨ ਕੇ ਰੌਲਾ ਸ਼ਹਿਰ ਸਾਰੇ ਵਿੱਚ ਪਾ ਰੱਖਿਆ ਨੀ ਰੱਬ ਖੈਰ ਕਰੇ ਹਾਏ ਦੇਸੀ ਜੱਟ ਨੇ ਦੇਸੀ ਅਸਲਾ ਯੂਪੀ ਤੋਂ ਮੰਗਵਾ ਰੱਖਿਆ ਨੀ ਰੱਬ ਖੈਰ ਕਰੇ ਇਹ ਸਰ ਵੀ ਆਈ ਮੁੰਡਾ ਸਭ ਵੀ ਪਿੰਡਰ ਜੀ ਉਹਦਾ ਲਿਖਿਆ ਜਿਹਦਾ ਕਰਨੇ ਨੇ ਚੱਕ ਲਿਆ ਗਾਣਾ ਪੱਖੀਆਂ ਪੱਖੀਆਂ ਬੜਾ ਰੌਲਾ ਪਿਆ ਉਹਦਾ ਵੀ
ਉਹ ਮੁੰਡੇ ਨੇ ਲਿਖਿਆ ਸੀ ਸੋਹਣੇ ਲਿਖਦਾ ਗਾਣੇ ਕੀ ਬਾਤ ਆ ਉਹ ਤਾਂ ਦੋ ਚਾਰ ਗਾਣੇ ਲਏ ਆ ਮੈਂ ਇੱਕ ਹਿੰਦੀ ਗਾਣਾ ਵੀ ਲਿਆ ਬਹੁਤ ਕੁੜੀਆਂ ਦੇ ਮੈਨੂੰ ਮੈਸੇਜ ਆਉਂਦੇ ਇੰਸਟਾਗ੍ਰਾਮ ਤੇ ਕੋਈ ਹਿੰਦੀ ਗਾਣਾ ਕਰੋ ਹਰਿਆਣਵੀ ਵੀ ਲਵ ਸੌਂਗ ਕਰੋ ਕੀ ਬਾਤ ਆ ਮਤਲਬ ਹੁਣ ਜਾਲ ਤੁਸੀਂ ਮਤਲਬ ਕਰ ਰਹੇ ਆ ਇਹ ਸਭ ਪਲਾਨ ਹੋ ਰਿਹਾ ਸਾਲ ਚੈਨ ਪੂਰਾ ਰੱਖ ਕੇ ਕੀ ਬਾਤ ਆ ਬਹੁਤ ਬਹੁਤ ਬਾਕੀ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਬਾਈ ਤੁਹਾਨੂੰ ਵੀ ਥੈਂਕ ਯੂ ਵੀਰੇ ਬਹੁਤ ਵਧੀਆ ਲੱਗਿਆ ਮਿਲ ਕੇ ਥੈਂਕ ਯੂ ਵਧੀਆ ਲੱਗਿਆ ਮਿਲ ਕੇ ਬਾਈ ਕੈਮਰਾ ਮੈਨ ਨੂੰ ਵੀ ਵਧੀਆ ਲੱਗਿਆ ਥੈਂਕ ਯੂ ਬਾਈ ਥੈਂਕ ਯੂ ਬਾਈ ਸਾਈ ਜਾਂਦਾ ਹੀ ਬੈਠਾ ਬੜਾ ਵਧੀਆ ਲੱਗਿਆ ਥੈਂਕ ਯੂ ਬਾਈ ਥੈਂਕ ਯੂ ਐਲੀ ਵੀਰੇ ਜਿੰਨੇ ਵੀ ਦੇਸੀ ਤੜਕਾ ਦੇ ਭਾਈ ਫੈਮਿਲੀ ਆ ਜੀ ਸਭ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਤੇ ਆਸਟ੍ਰੇਲੀਆ ਟੂਰ ਆ ਰਿਹਾ ਜੀ ਜਿਹੜੇ ਜਿਹੜੇ ਆਸਟ੍ਰੇਲੀਆ ਤੋਂ ਦੇਖੋਗੇ ਜ਼ਰੂਰ ਬੰਬ ਗਾਣੇ ਨਵੇਂ ਨਵੇਂ ਗਾਣੇ ਸਾਨੂੰ ਮਿਲਣਗੇ ਥੈਂਕ ਯੂ ਸੋ ਮਚ ਓਕੇ ਜੀ ਲਵ ਯੂ